ਪਰ ਨੇ ਐਂ ਨਹੀਂ ਸਿੱਖਿਆ ਜਾਂਦਾ, ਇਹ ਤਾਂ ਬੰਦੇ ਕੋਲ ਆਊਗਾ ਫਿਰ ਸਿੱਖਿਆ ਜਾਊਗਾ, ਚੀਜ਼ਾਂ ਉਹੀ ਹੈ ਪਰ ਮਾਤਰਾ ਆਪਸਾ ਜ਼ਰੂਰ। ਅਤੇ ਜਿਵੇਂ ਬਾਈ ਹੁਣ ਅੱਜ ਕੱਲ੍ਹ ਕਹਿ ਲਓ ਵੀ ਇਹ ਵੀ ਸਮਾਂ ਚੱਲਦਾ ਵਾ ਆਪਾਂ ਤੋਂ ਬੰਦੇ ਸਿੱਖ ਕੇ ਚਲੇ ਜਾਂਦੇ ਆ ਅਤੇ ਬਾਅਦ ਵਿੱਚ ਉਸਤਾਦ ਨੂੰ ਪੁੱਛਦੇ ਨਹੀਂ ਹੈਗੇ ਜਿਹੜੇ ਫ੍ਰੀ ਵਾਲੇ ਹੁੰਦੇ ਆ, ਜਿਹੜਾ ਜਿਹੜਾ ਦਿਹਾੜੀ ਕਰਕੇ ਉਹਨਾਂ ਨੂੰ ਸ਼ੌਂਕ ਹੈ ਉਹਨਾਂ ਵੀ ਕਰਨੀ ਚਾਹੇ ਨੇ, ਜਿਹੜਾ 500 ਕਮਾਉਂਦਾ ਘਰੇ 200 ਦੇ ਉਹ 100 ਦਾ ਬਦਾਮ ਖਾਊ। ਇਹ ਹੁੰਦਾ ਜੀ ਆਪੋ ਆਪਦਾ ਦਿਮਾਗ ਹੁੰਦਾ, ਇੱਕ ਖੁੱਲ੍ਹੇ ਜੋੜਨਾ ਲਾ ਲਾ ਕੋਈ ਬੰਦਾ ਲਾ, ਇਹਨਾਂ ਦਾ ਕੋਈ ਉਡਾਨ ਦਾ ਫਰਕ ਹੁੰਦਾ। 242 ਘੰਟਾ ਰਿਕਾਰਡ ਸੀ, 242 ਘੰਟੇ ਦਾ, 42 ਘੰਟੇ ਆਪਾਂ ਤੋੜਿਆ ਸੀ, 272 ਘੰਟੇ ਬਣੇ ਸੀ ਦਿੱਲੀ 'ਚ। ਉਸ ਤੋਂ ਬਾਅਦ ਕੋਈ ਹੁਣ ਤੱਕ ਕੋਈ ਉਹ ਰਿਕਾਰਡ ਤੋੜਿਆ ਕਿ ਨਹੀਂ? ਤੋੜ ਟੁੱਟਦਾ ਹੀ ਨਹੀਂ ਬਾਈ, ਨਾ ਤੋੜੇ ਨਾ ਟੁੱਟੇ। ਮੈਂ ਸੋਚਿਆ ਨਹੀਂ ਮੰਡਲੀ ਨਹੀਂ ਬਣਨੀ, ਚਾਹੇ ਮੈਂ ਤਕੜਾ ਚਾਹੇ ਮਾੜਾ, ਮੈਂ ਸੋਚਿਆ ਨਹੀਂ ਗਾ, ਜੇ ਮਾੜਾ ਹੁੰਦਾ ਤਾਂ ਨੇੜੇ ਨਹੀਂ ਹੁੰਦਾ ਅਗਲਾ, ਜੇ ਤਕੜਾ ਸਾਰੇ ਆ ਜਾਂਦਾ। ਗੁੜ ਦੇ ਤਾਂ ਮੰਨ ਲਾ ਦਵਾਈ ਵਾਲਾ ਦੇ ਕੇ ਪਾਣੀ ਪੀਤਾ ਹੋਣੇ ਤੋਂ ਬਾਅਦ ਛੱਡੋ, ਬਸ ਥੋੜ੍ਹੀ ਉਸ ਨੂੰ ਗੱਡੀ ਆਪਾਂ ਉਹ ਸਾਂਝੀਆਂ ਕਰ ਸਕਦੇ ਹਾਂ। ਕੀ ਪੈਂਦਾ ਗੁੜ ਦੇ ਜਿਹੜਾ ਗੁੜ ਬਣਦਾ, ਕਿਹੜੀਆਂ ਦਵਾਈਆਂ? ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ, ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਮਾਲਵਾ ਬੈਲਟ ਤੇ ਮੈਂ ਹਰਦੀਪ ਸਿੰਘ। ਸੋ ਅੱਜ ਆਪਾਂ ਪਹੁੰਚੇ ਹਾਂ ਮਲੋਟ, ਬਾਈ ਕੀਪਾ ਮਲੋਟ ਇਹਨਾਂ ਦੇ ਘਰ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੀ ਕਬੂਤਰਬਾਜ਼ੀ ਦੇ ਸੰਬੰਧ ਵਿੱਚ, ਕਿੱਥੋਂ ਇਹਨਾਂ ਦਾ ਕਬੂਤਰਬਾਜ਼ੀ ਦਾ ਸਫ਼ਰ ਹੈ ਜਿਹੜਾ ਸ਼ੁਰੂ ਹੋਇਆ ਅਤੇ ਹੁਣ ਕੀ ਮੁਕਾਮ ਆ ਜਿਹੜੇ ਇਹਨੇ ਹਾਸਲ ਕੀਤੇ ਨੇ ਹੁਣ ਤੱਕ ਪੁਰਾਣੇ ਖਿਡਾਰੀ ਦੇ ਕਬੂਤਰਬਾਜ਼ੀ ਦੇ। ਸੋ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਆਪਾਂ ਕਰਾਂਗੇ। ਸੋ ਜਦੋਂ ਇੱਥੇ ਪਹੁੰਚੇ ਸੀ ਬਾਈ ਉਹਨਾਂ ਦਾ ਸੁਭਾਅ ਬਹੁਤ ਵਧੀਆ ਲੱਗਿਆ, ਮਿਲ ਕੇ ਐਂ ਲੱਗੇ ਨਹੀਂ ਵੀ ਆਪਾਂ ਪਹਿਲੀ ਵਾਰੀ ਮਿਲੇ ਹਾਂ, ਸੋ ਬਹੁਤ ਵਧੀਆ ਸੁਭਾਅ ਬਾਈ ਉਹਨਾਂ ਦਾ। ਸੋ ਸਵਾਗਤ ਕਰਦੇ ਹਾਂ ਅਤੇ ਬਾਕੀ ਦੋਸਤ ਮਿੱਤਰ ਆਏ ਹੋਏ ਨੇ ਤਾਂ ਸਵਾਗਤ ਕਰਦੇ ਇਹਨਾਂ ਨੂੰ ਵੀ ਬੁਲਾਉਂਦੇ ਹਾਂ। ਸੋ ਬਾਈ ਜੀ ਬਹੁਤ ਬਹੁਤ ਸਵਾਗਤ। ਮਾਲ ਬਿਲਡਾ ਜੀ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਚੈਨਲ ਦਾ, ਜੋ ਮੇਰੇ ਬੱਚੇ ਆ ਸਾਰਿਆਂ ਧੰਨਵਾਦ ਤੁਹਾਡਾ ਵੀ। ਸੋ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਸਾਨੂੰ ਸਮਾਂ ਦਿੱਤਾ। ਸੋ ਰਵੀ ਲੁਧਿਆਣਾ ਅਤੇ ਕੋਮਲ ਲੀਲਾ, ਹਾਂਜੀ, ਇਹਨਾਂ ਭਰਾਵਾਂ ਦੇ ਸਦਕਾ ਆਪਾਂ ਅੱਜ ਮੁਲਾਕਾਤ ਕਰ ਰਹੇ ਹਾਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨਾਲ ਗੱਲਬਾਤ ਕੀਤੀ। ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਦੋਸਤ ਮਿੱਤਰ ਪਹੁੰਚੇ ਨੇ, ਹਾਂਜੀ, ਇਹਨਾਂ ਬਾਰੇ ਜੋ ਜਾਣਕਾਰੀ ਦਿਓ। ਪਹਿਲਾਂ ਜੀ ਇਹ ਮੁੰਡਾ ਚੰਨੂ ਵੀ ਕਹਿੰਦੇ, ਚੰਨਾ ਵੀ ਕਹਿੰਦੇ, ਠੀਕ ਹੈ ਜੀ। ਇਹ ਦੂਸਰਾ ਹੀ ਮੋੜ ਦਾ ਮੇਰੀ, ਠੀਕ ਹੈ ਜੀ, ਮੁੰਡਾ ਚੰਨਾ ਆਲਮੈਲ ਦਾ, ਠੀਕ ਹੈ। ਦੂਜੇ ਨੰਬਰ ਹੈਗਾ ਅੰਗਰੇਜ਼ ਕੋਟਲੀ ਦਾ, ਠੀਕ ਹੈ, ਉਹ ਮੋੜ ਦਾ ਦੇ ਘਰੇ ਆ ਪੁੱਛ ਕੇ, ਠੀਕ ਹੈ, ਨਾ ਇਨਕਲਾਬ ਮੁੰਡਾ ਦੇ ਨਾਲ ਉਦੋਂ ਭੇਜੇ ਹੈਗੇ ਆਲਮੈਲ। ਉਹ ਮੁੰਡਾ ਫਿਰ ਹੈਗਾ ਭਿੰਦਰ ਬੁੱਗਾ, ਬੁੱਗਾ ਵੀ ਕਹਿੰਦੇ ਭਿੰਦਰ ਕਹਿੰਦੇ, ਫਿਰ ਬੱਚੇ ਆਪਣੇ ਨਾਲ ਸਾਰੇ, ਕਾਕੂ ਮੋਟ ਹੈ ਉਹਨਾਂ ਮੁੰਡਾ ਯਾਰ ਦੋਸਤ ਆਉਣ, ਬੇਟਾ ਬੈਠਾ ਦੀਪੂ ਮੇਰਾ, ਆਹ ਛੋਟੇ ਬੱਚੇ ਆ, ਉਹ ਬੱਚੀ ਮੇਰਾ, ਉਹ ਬੈਠਾ, ਇਹਦੇ ਕਬੂਤਰ ਘਰੇ ਡੋਲ। ਸੋ ਸਾਰੀ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਕੀ ਕਈ ਭਰਾਵਾਂ ਨੂੰ ਸੁਨੇਹਾ ਨਹੀਂ ਲੱਗਿਆ ਹੋਣਾ ਕਿਉਂਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਸਾਰੀ ਹੋਈ ਆ ਅਤੇ ਆ ਦੋਸਤਾਂ ਮਿੱਤਰ ਮੌਕੇ 'ਤੇ ਪਹੁੰਚੇ ਨੇ ਜਿਹੜੇ ਨੇੜੇ ਸੀ। ਅਤੇ ਗੱਲਬਾਤ ਕਰੀਏ ਤਾਂ ਬਾਈ ਜੀ, ਜਿਵੇਂ ਹਾਂਜੀ ਦੱਸੋ, ਨਾਮ ਆ ਕੀਪਾ ਮਲੋਟ, ਹਾਂਜੀ, ਪੂਰਾ ਨਾਮ ਤੁਹਾਡਾ? ਕੁਲਦੀਪ ਸਿੰਘ। ਕੁਲਦੀਪ ਸਿੰਘ, ਹਾਂਜੀ। ਅਤੇ ਜੱਦੀ ਵੀ ਪਿੰਡ ਆਪਣਾ ਮਲੋਟ? ਇੱਥੇ ਪਿੰਡ ਮਲੋਟ ਜੱਦੀ, ਠੀਕ ਹੈ ਜੀ। ਪਹਿਲਾਂ ਪਿੰਡ ਸੀ ਆਪਣਾ ਕੰਗਣਵਾਲ, ਕੰਗਣਵਾਲ, ਉਦੋਂ ਬਾਅਦ ਆ ਗਿਆ ਸੀ ਬਾਚਕਾ,
ਬਾਚਕ ਆਪਣੇ ਬਾਲ ਦੇ ਕੱਟਣ ਵਾਲਾ ਬਾਚਕ ਤੇ ਤੀਜਾ ਪਿੰਡ ਇੱਥੇ ਆਏਗਾ ਜੀ ਦਾਦੇ ਫਸਲ ਦੇ। ਠੀਕ ਹੈ ਜੀ, ਇਹ ਹੁਣ ਸਾਡਾ ਜੱਦੀ। ਠੀਕ ਹੈ, ਤੇ ਕਬੂਤਰਬਾਜ਼ੀ ਦੀ ਗੱਲ ਕਰੀਏ ਤਾਂ ਬਾਈ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਕਬੂਤਰਬਾਜ਼ੀ ਦੇ ਵਿੱਚ? ਕਬੂਤਰਬਾਜ਼ੀ ਮੈਂ ਛੋਟੀ ਉਮਰ ਤੋਂ ਹੁੰਦਾ ਵੀ ਜਦੋਂ ਸ਼ੌਂਕ ਆ ਬਾਈ ਮੇਰਾ ਹੁੰਦਾ ਸੀ ਮੈਨੇਜਰ ਹੁੰਦਾ ਸੀ ਕਾਲਕਾ ਚ ਬਾਈ ਹੁਣ ਤਾਂ ਕਰਨ ਵਾਲਾ ਗੁਰਦੇਵ ਸਿੰਘ ਉਹਦਾ ਬੇਟਾ ਹੁੰਦਾ ਸੀ ਰਜਿੰਦਰ ਕਨਿੰਦਰ ਦਾ ਸੀ ਜਦੋਂ ਇੱਥੇ ਬਰਾਂਡੇ ਹੁੰਦੇ ਸੀ ਹੁਣ ਤਾਂ ਟੈਟੂ ਗਏ ਜੀ ਬਹੁਤ ਉਮਰ ਸਾਲ ਹੋ ਗਿਆ ਉਹ ਕਬੂਤਰ ਲਿਆਉਂਦੇ ਸੀ ਜਦੋਂ ਛੁੱਟੀਆਂ ਜੂਨ ਦੀਆਂ ਹੁੰਦੀਆਂ ਜੂਨ ਦੀਆਂ ਛੁੱਟੀਆਂ। ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਪਿਆ? ਉਹ ਮੈਂ ਤੀਜੀ ਚੌਥੀ ਤੀਜੀ ਚੌਥੀ ਕਲਾਸ ਤੇ ਪਹਿਲੇ ਕਬੂਤਰ ਉਹੀ ਆਏ ਸੀ ਪਰ ਆਪਣੇ ਘਰ ਨਹੀਂ ਉਹ ਫੜ ਫੁੜ ਲੈਂਦੇ ਸੀ ਹੁਣ ਦਾ ਸ਼ੌਂਕ ਹੁੰਦਾ ਜੀ ਫੜ ਲੈਂਦੇ ਸੀ ਪਹਿਲੇ ਮਹੰਤ ਹੁੰਦੇ ਸੀ ਉਹਨਾਂ ਹੁੰਦਾ ਸੀ ਗਾਂ ਨਿਗਾਹ ਇੱਕ ਮੇਰਾ ਯਾਰ ਹੁੰਦੇ ਮਦਰੀ ਮਹੰਤ ਨਾਲ ਸਾਲਕ ਪਿੰਡ ਉਹਦਾ ਗੁਜ਼ਰ ਗਿਆ ਹੁਣ ਉਹ ਗੁੱਡ ਯਾਰ ਚ ਉਹ ਮਾੜਾ ਮੋਟਾ ਦੱਸ ਜਾਂਦਾ ਯਾਰ ਕਰਦੇ ਤੇ ਜਦੋਂ ਕਬੂਤਰ ਫਿਰ ਆਪਾਂ ਘਰੇ ਰੱਖੇ ਆ ਹਾਂਜੀ ਉਦੋਂ ਘਰਦਿਆਂ ਦਾ ਸਹਿਯੋਗ ਰਿਹਾ ਨਾਲ ਕਿਉਂਕਿ ਪਹਿਲਾਂ ਨਹੀਂ ਨਹੀਂ ਕੋਈ ਸੁਝਾਉ ਨਹੀਂ ਪੂਰਾ ਛੱਤਰ ਫਿਰਦੇ ਜੀ ਲੜਦੇ ਸੀ ਵੀ ਨਹੀਂ ਕਬੂਤਰਬਾਜ਼ੀ ਨਹੀਂ ਕਰਨੀ ਇਹ ਆਪਣੇ ਹੱਕ ਦਾ ਹੈ ਨੀ ਇਹ ਪੈਂਚਾਂ ਦਾ ਕੰਮ ਅਫਸਰਾਂ ਦਾ ਕੰਮ ਹੈ ਧੌਂਕਾ ਜਿਵੇਂ ਕਹਿੰਦੇ ਆ ਇਹ ਆਪਾਂ ਨਹੀਂ ਲੜਦੇ ਪਰ ਫਿਰ ਵੀ ਅਸੀਂ ਉਲਟ ਪੁਲਟ ਕਰੀ ਗਏ ਤੇ ਘਰੇ ਖੁੱਡੇ ਫਿਰ ਕਦੋਂ ਪਾਏ ਖੁੱਡੇ ਬਹੁਤ ਲੇਟ ਪਾਏ ਉਦੋਂ ਮੈਂ ਅੱਠਵੀਂ ਚ ਹੋਇਆ ਜੀ ਅੱਠਵੀਂ ਪਾਏ ਖੁੱਡੇ ਉਹ ਵੀ ਲੜ ਕੇ ਉਦੋਂ ਫਿਰ ਘਰਦੇ ਕੀ ਕਹਿੰਦੇ ਨਹੀਂ ਉਹ ਫਿਰ ਘਰਦੇ ਕਹਿੰਦੇ ਠੀਕ ਆ ਬਈ ਹੁਣ ਨਹੀਂ ਹਟਦਾ ਕਰ ਲਾ ਸ਼ਾਮ ਪੜ੍ਹਾਈ ਕਿੰਨੀ ਕੀਤੀ ਫਿਰ ਪਲੱਸ ਟੂ ਉਸ ਤੋਂ ਬਾਅਦ ਫਿਰ ਨਾ ਬਸ ਜੀ ਉਹ ਤਾਂ ਨੌਕਰੀ ਕੀਤੀ ਪੁਲਿਸ ਵੀ ਹੋ ਗਈ ਸਿਲੈਕਟ ਕੇ ਪੀ ਗਿੱਲ ਹੁੰਦਾ ਜਦੋਂ ਪੁਲਿਸ ਵੀ ਹੋ ਗਈ ਸੀ ਨੇਵੀ ਚ ਭਰਤੀ ਹੋ ਗਈ ਪਰ ਛੱਡਤੀ ਬਈ ਇਹ ਕਿੱਤਾ ਆਪਣਾ ਕੀ ਹੈ ਬਾਈ ਬਸ ਖੇਤੀਬਾੜੀ ਸ਼ੁਰੂ ਤੋਂ ਹੀ ਖੇਤੀਬਾੜੀ ਹਾਂਜੀ ਖੇਤੀਬਾੜੀ ਤੇ ਇੱਕੋ ਹੀ ਬੇਟਾ ਆਪਣਾ ਇੱਕ ਬੇਟਾ ਜੀ ਸੋ ਬਾਈ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਸੀ ਤੇ ਇਹਨਾਂ ਨਾਲ ਹੀ ਸਾਰੀ ਗੱਲਬਾਤ ਕਰਕੇ ਆਪਾਂ ਘਰ ਦਾ ਲੋਕੇਸ਼ਨ ਵਗੈਰਾ ਤੇ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਬੂਤਰਬਾਜ਼ੀ ਦੇ ਵਿੱਚ ਬਾਈ ਜੀ ਮੇਨ ਗੱਲ ਹੁੰਦੀ ਆ ਪਹਿਲਾਂ ਤਾਂ ਕਬੂਤਰਾਂ ਦੀ ਹੋਈ ਕਿ ਆਪਾਂ ਕਬੂਤਰ ਹੋਣੇ ਚਾਹੀਦੇ ਆ ਉਦੋਂ ਬਾਅਦ ਆ ਗਈ ਗੱਲਬਾਤ ਖੇਡ ਪਾਣੀ ਦੀ ਫੇਰ ਕਿਤੇ ਆਪਾਂ ਬਾਜ਼ੀ ਜਿੱਤਦੇ ਆ ਕਬੂਤਰ ਆਪਣੇ ਕੋਲੇ ਚੰਗੇ ਕਬੂਤਰ ਕਿਹੜੇ ਬਣੇ ਸੀ ਕਿੱਥੋਂ ਬਣੇ ਸੀ ਪਹਿਲੇ ਕਬੂਤਰ ਬਣੇ ਦਾ ਜੀ ਕਬੂਤਰ ਪਹਿਲਾਂ ਬਣੇ ਜੀ ਭਿੰਦਰ ਹੁੰਦਾ ਸੀ ਸਾਡੇ ਆਲਮਾਂ ਦਾ ਜੀ ਤੇ ਜੰਟਾ ਸੀ ਇਹਨਾਂ ਤੋਂ ਬਣੇ ਕਬੂਤਰ ਹਾਂ ਉਹਨਾਂ ਕਦੋਂ ਲਿਆਂਦੇ ਸੀ ਇਹਨਾਂ ਤੋਂ ਕਬੂਤਰ ਯਾਰ ਯਾਦ ਨਹੀਂ ਮੈਂ ਵੀ ਇਹਨਾਂ ਵੀ ਅੱਠਵੀਂ 'ਚ ਆਉਣਾ ਅੱਠਵੀਂ 'ਚ ਪੜ੍ਹਦਾ ਜੀ ਮੇਰੇ ਯਾਦ ਜਦੋਂ ਜਾਣੀ ਖੁੱਡੇ ਪਾਇਆ ਉਦੋਂ ਖੁੱਡੇ ਪਾਉਣ ਤੋਂ ਬਾਅਦ ਕਬੂਤਰ ਲਿਆ ਕਿਹੜੇ ਕਬੂਤਰ ਸੀ ਉਹ ਯਾਦ ਛਾ ਕੇ ਸੀ ਕਲ ਦੁੰਬੇ ਕੁੱਚ ਰੱਖੇ ਕਾਲ ਪੁੰਜੇ ਹੁੰਦੇ ਸੀ ਉੱਠੀਆਂ ਅੱਖਾਂ ਤਾਂ ਉਹਨੂੰ ਕੁੱਚ ਰੱਖੇ ਕਹਿੰਦੇ ਉਹ ਲੈ ਉਹਨਾਂ ਆਪਣਾ ਲਿੰਕ ਬਣਦਾ ਸੀ ਉਹਨਾਂ ਫਿਰ ਹੌਲੀ ਹੌਲੀ ਵੀ ਬਣਦੇ ਸੀ ਤੇ ਜਿਵੇਂ ਹੁਣ ਬਾਈ ਹੁਣਾਂ ਦਾ ਨਾਮ ਲਿਆ ਤੁਸੀਂ ਉਹਨਾਂ ਨਾਲ ਕਿਵੇਂ ਮੇਲ ਮਿਲਾਪ ਹੋਇਆ ਜੰਟੇ ਦਾ ਬਾਈ ਜੀ ਭਿੰਦਰ ਨਾਲ ਸਾਡਾ ਕੋਈ ਰਿਸ਼ਤੇਰੀ ਜੀ ਸੀ ਉਹ ਮੁੜ ਕੇ ਭਿੰਦਰ ਨਾਲ ਘੱਟ ਬਾਈ ਨਾਲ ਵਾਧੇ ਹੋ ਗਏ ਬਾਈ ਠੀਕ ਹੈ 24 ਘੰਟੇ ਬਾਈ ਕੋਲ ਜਾਣਾ ਮੈਂ ਉੱਥੋਂ ਰਾਤ ਨੂੰ ਆਉਣਾ ਉੱਥੇ ਆਉਣਾ ਚਾਹ ਤੇ ਬਾਜ਼ੀਆਂ ਕਦੋਂ ਛੱਡਣ ਲੱਗੇ ਬਾਜ਼ੀਆਂ ਦੱਸੀ ਦਿੰਦੇ ਜੀ ਅੱਠਵੀਂ 'ਚ ਲੱਗ ਗਏ ਸੀ ਪਹਿਲੀ ਵਾਰ ਛੱਡੀ ਅਸੀਂ ਇੰਨੇ ਕਰ 100 ਰੁਪਇਆ ਮੁੱਢ ਸੀ 100 ਰੁਪਇਆ ਮੁੱਢ ਤੇ ਪਹਿਲੀ ਵਾਰ ਹਾਂਜੀ ਪਹਿਲੀ ਛੱਡੀ ਘਰੋਂ ਨਾ ਘਰੋਂ ਨਹੀਂ ਹਾਂਜੀ ਉੱਥੇ ਸਾਡੇ ਪੈਂਚ ਮੁੰਡੇ ਆ ਉਹਨਾਂ ਯਾਰੀ ਜੀ ਪੱਠੇ ਵੜਦੇ ਅਸੀਂ ਉਹਨਾਂ ਦੇ ਘਰੋਂ ਛੱਡੇ ਸ਼ਾਹ ਕਬੂਤਰੀ ਪਹਿਲੀ ਵਾਰ 100 ਰੁਪਏ ਇੰਨੇ ਖੜੇ ਤੇ ਕਿਵੇਂ ਰਿਹਾ ਸੀ ਰਿਜ਼ਲਟ ਹਾਂ ਜਿੱਤ ਗਿਆ ਜੀ
ਬੂਟੇ ਸਾਡੀ ਜਿੱਤ ਗਈ ਸੀ। ਸਾਨੂੰ ਪਤਾ ਨਹੀਂ ਸੀ ਉਦੋਂ, ਜਵਾਕ ਹੁੰਦੇ ਸੀ, ਭਿੰਦਰ ਸੀ, ਜੰਟਾ ਸੀ, ਦਰਵਾਜ਼ਾ ਛੇੜੇ ਲੱਗ ਗੁਜ਼ਰ ਗਿਆ ਜੀ। ਹੋ ਸੀ ਇਹਨਾਂ ਜਿਵੇਂ ਫੈਸਲਾ ਕਰਤਾ ਢਾਬਾਂ ਵਾਲੇ ਸੀ, ਇਹਨਾਂ ਫੈਸਲਾ ਕਰਤਾ ਕਿਵੇਂ ਦੱਸੂ, ਉਦੋਂ ਸੂਲੇ ਕਰੇ ਸਰ। ਡਾਕਟਰਾਂ ਦਾ ਵੀ ਗੁਜ਼ਰ ਗਿਆ, ਪੁੱਪ ਹੁੰਦਾ ਸੀ, ਇਹ ਸਾਰੇ ਬਹੁਤ ਚੰਗੇ। ਘਰੋਂ ਫਿਰ ਪਹਿਲੀ ਵਾਰੀ ਕਿੰਨੇ ਮੁੱਢ ਤੇ ਛੱਡੀ? ਨਾ ਕੋਈ ਘਰਦਿਆਂ ਦੱਸੇ ਨੀ? ਬਾਜੀ ਜਿੱਤੀ ਦਾ ਦੱਸਿਆ? ਨਾ ਦੱਸੇ ਨੀ, ਅਸੀਂ ਦੱਸਿਆ ਜੀ ਘਰਦਿਆਂ ਨੂੰ, ਜਿੱਤੇ ਆ ਚਾਹੇ ਹਰੇ ਆ, ਕੁਛ ਨੀ ਦੱਸਿਆ। ਤੇ ਫਿਰ ਖੇਡ ਪਾਣੀ ਦੀ ਗੱਲਬਾਤ ਕਰੀਏ ਤਾਂ ਜਿਵੇਂ ਹੁਣ ਤੁਹਾਡੀ ਛੋਟੀ ਉਮਰ ਸੀ, ਹਾਂਜੀ, ਸਾਂਭਿਆ ਕਿਹਨੇ ਸੀ ਪੁੱਤਰ? ਨਾ ਉਹ ਆਪ ਹੀ ਸਾਂਭਿਆ, ਆਪ ਹੀ ਜਿਵੇਂ ਹੁਣ ਪੁੱਛ ਦੱਸ ਲੈਂਦੇ ਹਾਂ, ਉਦੋਂ ਕੀ ਗੁਲਾਬ ਦੇ ਫੁੱਲ ਹੁੰਦੇ ਸੀ ਇਕੱਲੇ ਜੀ, ਬਸ ਉਹਨਾਂ ਭਿਉਂਤਾ ਚੱਲ ਉਵੇਂ ਛੱਡ, ਠੀਕ ਹੈ ਜੀ, ਬਸ ਉਹਨਾਂ ਰਾਤ ਨੂੰ ਪਾਣੀ ਲਾਤਾ, ਚਲੋ ਸਾਨੂੰ ਪਤਾ ਨੀ ਹੁੰਦਾ ਜੀ ਜਿੰਨਾ ਕਰਦਾ ਤੇ। ਪਾਣੀ ਫਿਰ ਕਿਹੜਾ ਲਾਇਆ? ਤਾਹੀ ਗੁਲਾਬ ਦੇ ਫੁੱਲ ਭਿਉਂਦੇ ਇਕੱਲੇ, ਜਿਵੇਂ ਸੁਣਦੇ ਸੀ ਉਹ ਕਰਤਾ ਜੀ। ਕਿਉਂ ਅੱਜ ਕੱਲ ਤਾਂ ਹੁਣ ਕਹਿ ਲਈਏ ਵੀ ਯੂਟਿਊਬ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ ਜ਼ਮਾਨਾ, ਹਾਂਜੀ ਯੂਟਿਊਬ ਤੇ ਪਿਆ ਜਿਹਨੇ ਸਿੱਖਣਾ ਇਹ ਤੋਂ ਵੀ ਸਿੱਖ ਲੱਗਦਾ। ਹਾਂਜੀ ਹਾਂਜੀ, ਪਰ ਨਹੀਂ ਐਂ ਨਹੀਂ ਸਿੱਖਿਆ ਜਾਂਦਾ, ਇਹ ਤਾਂ ਬੰਦੇ ਕੋਲ ਆਊਗਾ ਫਿਰ ਸਿੱਖਿਆ ਜਾਊਗਾ, ਚੀਜ਼ਾਂ ਉਹੀ ਹੈ ਪਰ ਮਾਤਰਾ ਆਪ ਸਾ ਜ਼ਰੂਰੀ, ਪ੍ਰੈਕਟੀਕਲ ਤਾਂ ਕਰਨਾ ਪੈਂਦਾ, ਤਜਰਬਾ ਕਰਨਾ। ਹਾਂਜੀ ਆਪਦਾ ਕਰਨਾ ਪੈਂਦਾ, ਹਰੇਕ ਜੋ ਸਮਾਨ ਉਹੀ ਹੈ ਜੇ ਕਰਨਾ ਆਪਦਾ ਬੰਦੇ, ਦਿਮਾਗ ਆਪੋ ਵਾਲਾ ਦਿਮਾਗ ਹੁੰਦਾ, ਕੋਈ ਚੰਗਾ ਹੁੰਦਾ ਮਾੜਾ ਹੁੰਦਾ, ਜਿਵੇਂ ਕੋਈ ਲਾਉਂਦਾ ਉਹ ਕਰਦਾ ਉਹ ਕਰਦਾ, ਬਸ ਇਹਦੇ ਜਿਹਦੀ ਜਿੱਥੇ ਕਹਾਣੀ ਸੈੱਟ ਬਹਿ ਗਈ। ਹਾਂਜੀ ਬਾਜੀ ਸੈਟਿੰਗ ਬਹਿ ਗਈ, ਤੇ ਫਿਰ ਉਦੋਂ ਬਾਅਦ ਬਾਈ ਜੀ ਜਿਵੇਂ ਹੁਣ ਤੁਸੀਂ ਜਾਂਡੇ ਬਾਈ ਉਹਨਾਂ ਦਾ ਨਾਮ ਲਿਆ, ਹਾਂਜੀ ਕਬੂਤਰ ਉਹਨਾਂ ਤੋਂ ਇਲਾਵਾ ਹੋਰ ਵੀ ਆਏ ਕਿਸੇ ਦੇ ਆਪਣੇ? ਨਹੀਂ ਆਪਣੇ ਆਏ, ਇੱਕ ਹਰਗੋਬਿੰਦ ਤੋਂ ਲੈਂਦਾ ਸੀ ਗੁਜ਼ਰ ਗਿਆ ਜਿਹੜਾ ਮੀਰ ਆਮ ਕੇ, ਹਾਂਜੀ ਉਹਨਾਂ ਕਬੂਤਰ ਲੈਂਦੇ ਇੱਕ ਸੀ, ਬਸ ਇਹਨਾਂ ਦੋਨਾਂ ਦੇ ਕਬੂਤਰ ਦੋਨਾਂ ਬਸ, ਹੋਰ ਨਹੀਂ ਆਏ। ਤੇ ਅੱਗੇ ਗੱਲ ਕਰੀਏ ਤਾਂ ਬਾਈ ਜੀ ਉਸਤਾਦ ਦੀ, ਫਿਰ ਉਸਤਾਦ ਤੁਸੀਂ ਕਿਹਨਾਂ ਨੂੰ ਬਣਾਏ? ਉਸਤਾਦ ਮੇਰਾ ਜੀ ਬੋਲਾ ਪਿੰਡ ਆ ਗੁਲਾਬੇ ਦਾ ਜੀ, ਬਚਿੱਤਰ ਸਿੰਘ ਦਾ ਨਾਂ ਮੇਰੇ ਉਸਤਾਦ ਆ ਜੀ, ਉਹ ਬੋਲਾ ਬੋਲਾ ਕਹਿੰਦੇ, ਘੋੜੀਆਂ ਦਾ, ਉੱਠਾਂ ਦਾ, ਤੇ ਜਿਹੜੇ ਆਪਣੇ ਨਵੋਰੀ ਬੱਚੇ ਹੁੰਦੇ ਆ ਉਹਨਾਂ ਦਾ ਪਾਰਕ ਬਣਿਆ, ਉਹ ਮੇਰਾ ਉਹ ਵੀ ਭੈਣ ਵੀ ਸਿਰ ਮਲੋਟ, ਠੀਕ ਹੈ, ਉਹਦੇ ਨਾਲ ਆਪਣੇ ਸਿੱਟ ਬਹਿ ਗਈ, ਬਸ ਜਿਵੇਂ ਇੱਥੇ ਰਹਿੰਦਾ ਮੇਰੇ ਕੋਲ 15 ਦਿਨ ਦਾ। ਰਸਮਾਂ ਹੁੰਦੀਆਂ ਸੀ ਉਸਤਾਦ ਦੀ ਸ਼ਕੀਰਤੀ? ਕੁਛ ਵੀ ਨੀ, ਉਹਨੇ ਪੱਗ ਦਿੱਤੀ ਆਪਾਂ ਕੁੜਤਾ ਪਜਾਮਾ ਕਰਨਾ, ਪੱਗ ਦਿੱਤੀ ਕੁੜਤਾ ਪਜਾਮਾ ਦੇਤਾ ਸੀ, ਉਹ ਵੀ ਲਿਆ ਨੀ ਚੁੱਕਾ ਮੇਰੇ ਗੁਰੂ ਨੇ ਤਾਂ, ਕੱਲੀ ਪੱਗ ਲਈ। ਤੇ ਜਿਵੇਂ ਹੁਣ ਅੱਜ ਕੱਲ ਬਈ ਚੱਲਦਾ ਵਾ ਲੱਖ ਲੱਖ ਰੁਪਈਆ, ਦੋ ਦੋ ਲੱਖ ਮੋਟਰਸਾਈਕਲ ਗੱਡੀਆਂ ਤੱਕ ਗੱਲ ਪਹੁੰਚ ਗਈ, ਹਾਂਜੀ, ਇਹ ਵੀ ਹੁਣ ਅੱਜ ਕੱਲ ਉਸਤਾਦੀ ਸ਼ਕੀਰਤੀ ਦੇ ਵਿੱਚ ਹੋਣ ਲੱਗ ਗਿਆ? ਇਹ ਤਾਂ ਵੀਰੇ ਜਿੱਦਾਂ ਪਹੁੰਚ ਲਾ ਬੰਦਾ, ਅਗਲਾ ਕਹਿੰਦਾ ਮੈਂ ਛੇਤੀ ਗੇਮ ਸਿੱਖਾਂ, ਮੈਂ ਗੱਡੀ ਦੇ ਦਾ ਇਹ ਨੀ ਸਿੱਖੀ ਦੀ, ਅਗਲਾ ਰੁਪਈਏ ਵੀ ਸਿੱਖ ਸਕਦਾ ਗੱਡੀ ਵੀ ਸਿੱਖ ਸਕਦਾ, ਪਰ ਉਹ ਸੋਚ ਆਪੋ ਆਪਦੀ ਹੁੰਦੀ ਆ। ਮੇਰੀ ਸੋਚ ਹੈ ਇਹ ਹੈ ਵੀ ਚਲੋ ਆਪਣਾ ਜਿਹੜਾ ਬੰਦਾ ਜੁੜਦਾ ਆਪਾਂ ਕਿਸੇ ਰੁਪਈਆ ਲਿਆ, ਕੋਈ ਬੰਦਾ ਕਹਿ ਦੇ ਆਪਾਂ ਦਸ ਜ਼ਰੂਰ ਦਿੰਦੇ ਹਾਂ, ਪਰ ਲੋਕ ਠੀਕ ਹੈ ਚਲੋ
ਅਗਲਾ ਮਿਹਨਤ ਕੀਤੀ ਅਗਲੇ ਨੇ ਕਰਤਾ ਅਗਲਾ ਵੀ ਕਰੂਗਾ। ਤੇ ਬਾਈ ਜੀ ਤੁਹਾਡੇ ਉਸਤਾਦ ਸੀ ਜਿਹੜੇ ਬਚਿੱਤਰ ਸਿੰਘ ਨਾਮ ਤੁਸੀਂ ਲਿਆ, ਹਾਂਜੀ ਹਾਂਜੀ, ਉਹਨਾਂ ਦੇ ਚੇਲੇ ਕੌਣ ਕੌਣ ਸੀ ਜਿਵੇਂ ਤੁਸੀਂ ਸੀਗੇ? ਇੱਕ ਮੈਂ ਸੀ, ਇੱਕ ਆਪਣਾ ਮੁਕਤਸਰ ਨੰਬਰਦਾਰ ਸੀ, ਮੁਕਤਸਰ ਪਿੰਡ ਹੈ, ਨੰਬਰਦਾਰ ਸੀ ਬਸ, ਹੋਰ ਨਹੀਂ। ਦੋ ਹੀ ਚੇਲੇ ਸੀ? ਦੋ ਹੀ ਸੀ। ਤੇ ਤੁਸੀਂ ਕਹਾਂ ਅੱਗੇ ਚੇਲੇ ਕਿੰਨੇ ਬਣੇ? ਨਹੀਂ ਮੈਂ ਚੇਲੇ ਬਣਾਈ, ਮੈਂ ਤਾਂ ਮੇਰੇ ਪੁੱਤਾਂ ਦਰਾਂ ਤੇ ਭਰਾ, ਕਿਸੇ ਨਾਲ ਕੋਈ ਉਸਤਾਦੀ ਸ਼ਿਕਾਇਤ ਨਹੀਂ? ਨਾ ਕੋਈ ਚੱਕਰ ਨਹੀਂ, ਵੀ ਚੇਲਿਆਂ ਨੇ ਆਪਾਂ ਭਰਾ ਪੁੱਤਾਂ ਦਰਾਂ ਰੱਖੇ ਆ। ਤੇ ਬਾਈ ਜੀ ਜਿਵੇਂ ਹੁਣ ਅੱਜ ਕੱਲ੍ਹ ਡਿਮਾਂਡ ਹੁੰਦੀ ਹੈ ਵੀ ਸਾਨੂੰ ਉਸਤਾਦ ਬਣਾਏ ਤੇ ਆਹ ਦੇ ਦਿਓ, ਤੁਹਾਡੀ ਕੋਈ ਡਿਮਾਂਡ ਰਹੀ ਕਦੇ? ਨਾ ਆਪਣੀ ਕੋਈ ਨਹੀਂ। ਉਹਦਾ ਕੀ ਕਾਰਨ? ਨਹੀਂ ਵੈਸੇ ਆਹ ਦਿਲ ਨਹੀਂ ਮਨਾਉਂਦਾ, ਆਪਾਂ ਕਹਿ ਨਹੀਂ ਕਿਸੇ, ਅਗਲੇ ਦੀ ਸ਼ਰਧਾ ਰੁਪਈਆ ਦੇ, ਜੇ ਅਗਲੇ ਦੀ ਸ਼ਰਧਾ ਕੁਛ ਕਰਦੇ ਆਪਾਂ ਕਹਿ ਨਹੀਂ। ਤੇ ਜਿਵੇਂ ਬਾਈ ਹੁਣ ਅੱਜ ਕੱਲ੍ਹ ਕਹਿ ਲਓ ਵੀ ਇਹ ਵੀ ਸਮਾਂ ਚੱਲਦਾ ਵਾ, ਆਪਾਂ ਤੋਂ ਬੰਦੇ ਸਿੱਖ ਕੇ ਚਲੇ ਜਾਂਦੇ ਆ ਤੇ ਬਾਅਦ ਵਿੱਚ ਉਸਤਾਦ ਨੂੰ ਪੁੱਛਦੇ ਨਹੀਂ ਹੈਗੇ, ਜਿਹੜੇ ਫ੍ਰੀ ਵਾਲੇ ਹੁੰਦੇ। ਪਰਮਾਤਮਾ ਆਪੇ ਕਰਦਾ ਵਾ, ਉਹਨਾਂ ਨਾਲ ਆਪੇ ਕਰੂਗਾ, ਉਹ ਮਾਲਕ ਰਹਿੰਦਾ ਨਾ, ਆਪਾਂ ਦੱਸਣ ਵਾਲੇ ਆ, ਉਹ ਮਾਲਕ ਕਰਦਾ ਨਹੀਂ। ਆਪਣੇ ਨਾਲ ਕਦੇ ਇਹੋ ਜਿਹਾ ਕੋਈ ਵਾਪਰਿਆ? ਨਹੀਂ ਆਪਣੇ ਤੱਕ ਤਾਂ ਮੇਰੇ ਕੋਈ ਚੇਲਾ ਮੇਰੇ ਮੁੰਡੇ ਕਿਸੇ ਨੇ ਕੀਤਾ ਗਾ, ਮਾਲਕ ਨੀ ਮੇਰੇ ਹਜੇ ਤੱਕ ਕੀਤਾ ਨੀ, ਇਜ਼ਤ ਕਰਦੇ ਮੇਰੀ ਜਿੱਥੇ ਖੜਾ, ਆਪਦੇ ਪਿਓ ਤੋਂ ਵੱਧ ਪੂਜ। ਤੇ ਅੱਗੇ ਗੱਲਬਾਤ ਕਰੀਏ ਤਾਂ ਬਾਈ ਜੀ ਖੇਡ ਪਾਣੀ ਦੀ, ਪਰ ਖੇਡ ਪਾਣੀ ਤੁਸੀਂ ਹੁਣ ਕਿਹੜਾ ਛੱਡਦੇ ਹੋ? ਹਾਂਜੀ ਕਬੂਤਰਬਾਜ਼ੀ ਪੈਰਾਂ ਵੀ ਛੱਡਦੇ ਹੋ, ਹਾਂਜੀ 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 ਹਾਂਜੀ, ਇਹ ਫਿਰ ਕਿੱਥੋਂ ਸਿੱਖਿਆ? ਇਹ ਮੇਰੇ ਗੁਰੂ ਨੇ ਦੱਸਿਆ ਕੁਛ, ਆਪਾਂ ਕਰ ਲਿਆ ਤੇ ਕੁਛ, ਮੇਰੀ ਇੱਥੇ ਗ੍ਰੰਥ ਆਪਣੇ ਬਾਹਮਣਾ ਘਰ ਦੇ ਮੇਰੇ ਤਾਈ ਜੀ ਸੀ, ਉਹ ਤਾਂ ਫੜ ਫੁੜ ਲੈਂਦੇ ਮਾੜਾ ਮੋਟਾ, ਉਹ ਵਾਇਆ ਸੀ, ਉਹਨਾਂ ਨੇ ਕਰ ਕੁਰ ਕੇ ਛੱਡਣੀ ਜੀ ਗੱਲ ਨੀ ਹੋਣੀ ਚੱਲੀ, ਜਿੱਤੇ ਬਹੁਤ ਹਾਂਜੀ ਹਾਂਜੀ, ਜੇ ਤਾਰ ਛੱਡਾਂਗੇ ਦੋ ਜਿੱਤਾਂਗੇ ਅਠਾਰਾਂ ਗੇ। ਤੇ ਖੇਡ ਪਾਣੀ ਦੇ ਵਿੱਚ ਕਹਿ ਲਓ ਵੀ ਤੁਹਾਡਾ ਸਹਿਯੋਗ ਆ, ਤੁਹਾਡੇ ਸਥਾਨ ਤੇ ਤੁਹਾਡਾ ਆਪਣਾ ਦਿਮਾਗ। ਹਾਂਜੀ ਹਾਂਜੀ, ਕਬੂਤਰ ਉਹਨਾਂ ਤੋਂ ਇਲਾਵਾ ਹੋਰ ਕਿਸੇ ਤੋਂ ਤੁਸੀਂ ਜਿੱਤੇ ਹੋਣ? ਨਹੀਂ ਲੈ, ਨਹੀਂ ਆਪਾਂ ਕਿਸੇ ਤੋਂ ਲਈਏ, ਤੁਸੀਂ ਕਿਸੇ ਖਿਡਾਰੀ ਵੀ ਦਿੱਤੇ ਹੋਣਗੇ ਕਬੂਤਰ ਇੱਥੋਂ ਤੁਹਾਡੇ ਘਰੋਂ? ਤਾਂ ਕਹਿ ਲਓ ਵੀ ਬਹੁਤ ਜਾਣੇ ਇੱਥੋਂ, ਨਹੀਂ ਇੱਥੋਂ ਬਹੁਤ ਲੈ, ਕਬੂਤਰ ਬਹੁਤ ਲੈ ਜਾਂਦੇ ਮੇਰੇ ਕੋਲ, ਕੋਈ ਬੱਚਾ ਦਾ ਮੁੰਡਾ ਛੋਟਾ ਵੀ ਲੈ ਜਾਂਦੇ ਬਹੁਤ ਲੈ ਗਏ। ਤੇ ਬਾਈ ਫਿਰ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕਹਿਰਾਂ ਛੱਡਣ ਲੱਗੇ ਸੀ ਜਾਂ ਦੂਸਰਾ ਜੀ ਪਹਿਲੇ ਹੱਥ ਖੋਲ ਲਿਆ ਸੀ? ਨਹੀਂ ਪਹਿਲਾਂ ਕਹਿਰਾਂ ਜੀ, ਕਹਿਰਾਂ ਛੱਡੀਆਂ ਜੀ ਹੌਲੀ ਹੌਲੀ ਦੂਸਰਾ ਜੀ। ਦੂਸਰ ਫਿਰ ਕਦੋਂ ਕੁ ਛੱਡਣ ਲੱਗੇ? ਦੂਸਰ ਉਹਦੀ ਛੱਟੀ ਜੀ 95 ਜੀ, 1995 ਚ ਉਸਤਾਦ ਬਣਾਉਣ ਤੋਂ ਉਦੋਂ ਨਹੀਂ ਜੀ, ਹਾਂ ਉਸਤਾਦ ਬਣਿਆ ਨਹੀਂ ਸੀ ਉਦੋਂ, ਇੱਕ ਸਾਲ ਪਹਿਲਾਂ, ਹਾਂ ਉਦੋਂ 95 ਦੀ ਗੱਲ ਇਹ, ਮੰਦਰੀ ਸਾਡਾ ਸਾਗ ਇੱਥੇ ਮਹੰਤ ਰਹਿੰਦਾ ਜੀ, ਸਾਗ ਤੋਂ ਪਿੰਡ ਉਹਦਾ ਮਾਨੀ ਵਾਲਾ, ਉਹ ਉੱਥੇ ਜੀ ਉਦੋਂ ਅਸੀਂ ਗਏ, ਮੈਂ ਗਿਆ ਸੀ ਪਲੱਸ 1 ਚ, ਡੀਏਵੀ ਕਾਲਜ ਪੜ੍ਹਦਾ ਸੀ, ਉਦੋਂ ਅਸੀਂ ਸ਼ਨੀਵਾਰ ਬਾਈ ਛੱਡਤੀ, ਐਤਵਾਰ ਦੂਸਰ ਪੈ ਗਈ, ਰਾਤ ਨੂੰ ਆਏ ਨਾ ਤੇ ਅਗਲੇ ਦਿਨ ਪੇਪਰ ਹੀ ਸੌਂਪ, ਮੈਂ ਤਾਂ ਦਿੱਤਾ ਨਹੀਂ।
ਅੱਛਾ ਪੇਪਰ ਨਹੀਂ ਦਿੱਤਾ? ਨਹੀਂ ਦਿੱਤਾ ਜੀ। ਉਦੋਂ ਬਾਅਦ ਫਿਰ ਦੁਬਾਰੇ ਕਰੌਸ ਕੀਤਾ ਜੀ। ਇਹ ਗੱਲ ਦਾ ਘਰਦਿਆਂ ਨੂੰ ਪਤਾ ਸੀ ਕਿ ਕਬੂਤਰਾਂ ਕਰਕੇ ਪੇਪਰ? ਨਹੀਂ ਨਹੀਂ ਕੋਈ ਪਤਾ ਨਹੀਂ, ਜਮਾਂ ਹੀ ਨਹੀਂ ਪਤਾ ਸੀ। ਜੇ ਪਤਾ ਹੁੰਦਾ ਇਹ ਗੱਲ ਦਾ ਤੇ ਫਿਰ ਛਤਰ ਪੈਣਾ ਜੀ ਘਰੋਂ, ਮਾਂ ਪਿਓ ਨੂੰ ਕੁੱਟਣਾ ਜੀ ਵੀ ਭੇਜਿਆ ਕਿੱਧਰ ਤੈਨੂੰ। ਬਾਕੀ ਖੇਡਦੇ ਖੁੜਦੇ ਬਹੁਤ ਰਹੇ, ਕਬੱਡੀ ਖੇਡਦੇ ਰਹੇ, ਮੈਂ ਸਭ ਕੁਛ ਕੀਤਾ ਬਹੁਤ ਜੀ, ਜਰਾਂ ਤੋਂ ਛੱਡਦੇ ਰਹੇ ਹਾਂ ਸਭ ਕੁਛ। ਤੇ ਫਿਰ ਉਸਤਾਦ ਬਣਾਉਣ ਤੋਂ ਪਹਿਲਾਂ ਹੀ ਤੁਹਾਨੂੰ ਦੂਸਰੇ ਦੀ ਖੇਡ ਦਾ ਕਿਵੇਂ ਪਤਾ ਲੱਗਿਆ? ਨਹੀਂ ਇਹ ਤਾਂ ਸਾਡਾ ਸੀ ਗੋਬਿੰਦਗੜ੍ਹ ਸੀ ਸਾਡੇ, ਉਹ ਪਹਿਲਾਂ ਦੱਸੇ ਪੈਂਚਾਂ ਦਾ ਬੰਦਾ ਸੀ, ਕਪੂਰਪੁਰਾ ਨਾਂ, ਅਬੋਹਰ ਕੋਲ ਪਿੰਡ ਹੈ ਗੋਬਿੰਦਗੜ੍ਹ। ਉਹ ਬੰਦਿਆਂ ਸਾਨੂੰ ਕਹਿੰਦਾ ਵੀ ਚਾਹ ਦੇ ਉਹਨੂੰ, ਮੈਂ ਵੀ ਤੂੰ ਤਾਇਆ ਜੀ ਮਰਜ਼ੀ ਕਰੀ ਜਾ, ਉਹਨੇ ਚਾਹ ਚੂਹ ਦੇ ਕੇ ਉਹਨੇ ਛੱਡਤਾ, ਕਿਉਂ ਉੱਡ ਗਿਆ ਕੋਈ ਜਿੱਤ ਗਿਆ। ਤੇ ਉਹ ਦੂਸਰ ਜਿੱਤੀ ਫਿਰ? ਜਿੱਤ ਗਈ ਜੀ, ਤਿੰਨਾਂ ਨੇ ਉੱਡੀ। ਤੇ ਉਦੋਂ ਬਾਅਦ ਫਿਰ ਦੂਸਰਾ ਦਾ ਸਿਲਸਿਲਾ ਸ਼ੁਰੂ ਹੌਲੀ ਹੌਲੀ ਫਿਰ ਚੱਲੀ ਗਈ, ਬਸ ਜਿਵੇਂ ਜਿਵੇਂ ਵਧੀ ਗਿਆ ਕੰਮ ਵਧੀ। ਤੁਹਾਨੂੰ ਵਧੀਆ ਕਿਹੜੀ ਲੱਗਦੀ ਹੈ, ਕਹਿਰ ਦੀ ਵਾਜ ਵਧੀਆ ਲੱਗਦੀ ਜਾਂ ਦੂਸਰ ਦੀ ਵਧੀਆ? ਮੈਨੂੰ ਤਾਂ ਜੀ ਸਾਰੀਆਂ, ਕਹਿਰ ਵੀ ਵਧੀਆ ਲੱਗਦੀ ਹੈ, ਦੂਸਰ ਵੀ ਸਾਰੀਆਂ ਵਧੀਆ ਲੱਗਦੀਆਂ, ਕੋਈ ਇਹ ਚ ਨਹੀਂ ਹੁੰਦਾ। ਤੇ ਕਹਿਰ ਦੀਆਂ ਬਾਜੀਆਂ ਫਿਰ ਕਦੋਂ ਛੱਡਣ ਲੱਗੇ? ਬਸ ਨਾਲ ਹੀ ਕਹਿਰ ਦੀ ਛੱਡੀ ਗਈ, ਪਹਿਲਾਂ ਕਹਿਰ ਦੀਆਂ ਸ਼ੁਰੂ ਸੀਗੇ। ਹਾਂਜੀ ਤੇ 95 ਚ ਬਾਜ ਦੂਸਰ ਦੂਸਰਾ ਛੱਡਣ ਲੱਗ ਗਏ, ਹੌਲੀ ਸਾਖਤਾ ਲਾਈ ਗਿਆ ਜੀ ਕਰੀ ਗਏ ਬਸ। ਤੇ ਵੱਧ ਤੋਂ ਵੱਧ ਫਿਰ ਕਿੰਨੇ ਕੁ ਦਿਨ ਤੱਕ ਤੁਸੀਂ ਕਬੂਤਰ ਉਡਾਇਆ? 3 ਕੁ ਦਿਨ ਉੱਡੇ ਜੀ ਆਪਾਂ, ਤਸਰਾਂ ਜਿੱਤੇ ਹਾਂ 3-4, 2 ਕੁ ਹਰੇ ਹਾਂ, 3 ਕੁ ਤਸਰਾਂ ਜਿੱਤੇ। ਤੇ ਬਾਜ਼ੀਆਂ ਦੇ ਵਿੱਚ ਬਾਈ ਤੁਸੀਂ ਆਪ ਹੀ ਜਾਂਦੇ ਹੋ ਜਾਂ ਕੋਈ ਆਪਣੇ ਰੱਖੇ ਹੋਏ? ਨਹੀਂ ਪਹਿਲਾਂ ਤਾਂ ਮੈਂ ਆਪ ਜਾਂਦਾ ਜੀ, ਹੁਣ ਮੇਰੇ ਮੁੰਡੇ ਆ ਚੰਨੂ ਆ, ਅੰਗਰੇਜ਼ ਕੋਟਰੀ ਵਾਲਾ ਇਨਕਲਾਬ ਹੈ, ਤੇ ਮੁੰਡਾ ਕਾਕੂ ਆਉਣਾ, ਮੇਰਾ ਬੇਟਾ ਦੀਪੂ ਆ, ਇੱਕ ਭਿੰਦਰ ਬੋਗਾ, ਹੋਰ ਮੁੰਡੇ ਇਹ ਤੇ ਇੱਥੇ ਪਿੰਡ ਦੇ ਮੁੰਡੇ ਵੀ ਨਾਲ ਜੁੜੇ ਨੇ। ਹਾਂ ਆਉਣਾ ਸੱਚ ਕੇ ਭੁੱਲ ਗਿਆ, ਆਉਣਾ ਆਉਣਾ ਮੁੰਡਾ ਮੇਰਾ ਭਤੀਜਾ, ਹਾਂਜੀ ਉਹ ਬੈਠਾ ਨਾਲ ਹੀ ਸਾਡੇ ਨਿੱਕਾ ਹੁੰਦਾ, ਹਾਂ ਉਹ ਬੈਠਾ ਜੀ ਪਿੰਡ ਦੇ। ਬਾਈ ਜੀ ਪਿੰਡ ਦੇ ਆਪਣੇ ਨਾਲ ਕਿੰਨੇ ਕੁ ਜੁੜੇ ਨੇ ਮੁੰਡੇ? ਪਿੰਡ ਦੇ ਸਾਰੇ ਆਉਣਾ ਹੁੰਦਾ ਜੀ, ਆਪਣਾ ਪੰਮਾ ਗਿੱਲ ਜੀ ਗੁਜ਼ਰ ਗਿਆ, ਭੂਰਾ ਵੀ ਗੁਜ਼ਰ ਗਿਆ ਜੀ, ਉਹ ਵੀ ਨਾਲ ਹੁੰਦਾ ਸੀ, ਜੋਤੀ ਹੁੰਦਾ ਸੀ, ਲੱਖਾ ਮੈਂਬਰ ਆ, ਇਹ ਸਾਰੇ ਇਕੱਠੇ ਹੁੰਦੇ, ਸਾਰੇ ਜਿੰਨਾ ਇੱਥੇ ਹੁੰਦੇ ਸਾਰੇ। ਇਹਨਾਂ ਤੋਂ ਇਲਾਵਾ ਬਾਈ ਜੀ ਤੁਹਾਡੇ ਕੋਲੋਂ ਕੋਈ ਬੰਦਾ ਸਿੱਖ ਕੇ ਗਿਆ ਹੋਵੇ, ਜਿਵੇਂ ਹੁਣ ਅੱਜ ਕੱਲ੍ਹ ਬਹੁਤ ਨਾਮੀ ਖਿਡਾਰੀ ਹੁੰਦੇ ਨੇ? ਬਹੁਤ ਸਿੱਖ ਗਏ ਜੀ ਆਪਾਂ ਤਾਂ ਝੂਠੇ ਮਾਰਦੇ, ਬਹੁਤ ਬੜਿਆਂ ਸਿੱਖਿਆ ਜੀ। ਕਬੂਤਰਾਂ ਦੀ ਗੱਲ ਕਰੀਏ ਤਾਂ ਹਾਂਜੀ ਵੱਜਦੇ ਹੁੰਦੇ ਉਹ ਫਲਾਂਦੇ ਵਾਲੇ ਕਬੂਤਰ ਆ, ਉਹ ਫਲਾਂਦੇ ਵਾਲੇ ਕਬੂਤਰ, ਹਾਂਜੀ ਹਾਂਜੀ ਆਪਣੇ ਕੋਲੇ ਹੁਣ ਇਸ ਟਾਈਮ ਕਿਹੜੇ ਕਬੂਤਰ ਨੇ ਜਾਂ ਉਹੀ ਜਿਹੜੇ ਸ਼ਾਖ ਕੇ? ਬਸ ਉਹੀ ਸ਼ਾਖ ਕੇ ਆਪਣੇ ਮਤਲਬ ਰੇੜੀਆਂ ਦੇ ਕੱਟਿਆਂ ਦੇ ਜੀ, ਉਹੀ ਪੁਰਾਣੇ ਕਬੂਤਰ ਆ, ਉਹ ਮੁੰਡਿਆਂ ਕੋਲ ਮੇਰੇ ਚੇਲਿਆਂ ਕੋਲੇ ਆ, ਇਹਨਾਂ ਕੋਲ ਵੱਡੇ ਜੋੜੇ ਪਏ ਆ, ਇਹਨਾਂ ਬੱਚੇ ਲਿਆਉਣਾ ਜੀ ਮੈਂ ਪੜਾਉਣ ਵਾਸਤੇ। ਕੋਈ ਉਹਨਾਂ ਤੋਂ ਇਲਾਵਾ ਕਿਸੇ ਭਰਾ ਦਾ ਕੋਈ ਕਬੂਤਰ? ਨਹੀਂ ਆਪਾਂ ਨਹੀਂ ਕਿਸੇ ਦਾ, ਜਿਵੇਂ ਬਾਈ ਜੀ ਪਹਿਲਾਂ ਜਾਂ ਸਾਰੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਆ ਉਹ ਵੀ ਕਹਿੰਦੇ ਵੀ ਅਸੀਂ ਫੜ ਕੇ ਬਣਾ ਲਏ ਕਬੂਤਰ, ਹਾਂਜੀ ਹਾਂਜੀ ਬਾਜੀ ਹੁੰਦੀ ਆ, ਹਾਂਜੀ ਹੁੰਦਾ ਜਾਂ ਕੋਈ ਇਧਰੋਂ ਉਧਰੋਂ ਆ ਜਾਂਦਾ ਪਰ ਹਾਂਜੀ ਚੱਲ ਕੇ ਆ ਜਾਂਦੇ ਆ, ਆਪਾਂ ਕਦੇ ਐਂ ਕਬੂਤਰ ਫੜਿਆ? ਨਹੀਂ ਜੀ ਆਪਾਂ ਨਹੀਂ ਫੜਿਆ ਤਾਂ ਜ਼ਿੰਦਗੀ। ਤੇ ਤੁਹਾਡੇ ਬਾਈ ਜਦੋਂ ਹੁਣ ਬਾਜੀਆਂ ਤੇ ਸੁਣਦੇ ਹੀ ਅਕਸਰ ਕਈ ਵਾਰੀ ਸਵੇਰੇ ਕਹਿ ਦਿੰਦੇ ਆ ਵੀ ਆਹ ਕਬੂਤਰ ਆ ਜਿਹਦੇ ਤੇ ਨਿਗਾਹ ਰੱਖ ਲਈ ਵੀ ਫੜਨਾ ਵਾ, ਹਾਂਜੀ ਤੁਹਾਡੇ ਕਬੂਤਰ ਫੜੇ ਹੋਣੇ? ਵੇਖੋ ਜੀ ਮਾਲਕ ਦੀ ਮਿਹਰ ਆ, ਵੇਖੋ ਫੜ ਵੀ ਲੈਂਦੇ ਜੀ ਕਈ ਵਾਰ, ਨਹੀਂ ਫੜੇ ਫੜ ਲੈਂਦੇ ਆ ਲੋਕ, ਨਿਗਾਹ ਰੱਖ ਲੈਂਦੇ ਆ, ਪਰ ਮਾੜੀ ਗੱਲ ਹੈ ਜੀ, ਉਹ ਬੰਦੇ ਨੂੰ ਚਾਹੀਦੇ ਮੂੰਹ ਮੰਗ ਲਓ ਕਿ ਲੈ ਜਾਓ। ਤੇ ਖੇਡ ਪਾਣੀ ਤੇ ਆਪਾਂ ਆਈਏ ਵਾਪਸ ਬਾਈ ਜੀ, ਪਾਣੀ ਵਗੈਰਾ ਤੁਸੀਂ ਆਪਦਾ ਹੀ ਕੁੱਟਿਆ ਜਾਂ ਉਹ ਵੀ ਉਸਤਾਦ ਤੇ ਲੈ ਕੇ ਆਏ? ਨਹੀਂ ਉਸਤਾਦ ਨੇ ਦੱਸਿਆ ਉਹ ਵੀ ਕੁੱਟਿਆ ਜੀ।
ਹਾਂ ਉਸਤਾਦ ਨੇ ਦੱਸਿਆ, ਗਾਂ ਦੇ ਚੇਲਿਆਂ ਦੱਸਿਆ, ਚੇਲੇ ਬੈਠੇ ਮੇਰੇ ਸਾਰੇ। ਤੇ ਉਹਨਾਂ ਤੋਂ ਇਲਾਵਾ ਕੁਛ ਆਪ ਹੀ ਐਡ ਕੀਤਾ ਉਹਦੇ ਵਿੱਚ? ਨਹੀਂ ਕੁਛ ਨਹੀਂ, ਜਿਵੇਂ ਉਹਨਾਂ ਦੱਸਤਾ ਜੀ ਉਵੇਂ ਕਰਦੇ, ਚਾਹੇ ਚੰਗਾ ਚਾਹੇ ਮਾੜਾ ਸਾਨੂੰ ਮਾਫ਼ ਕਰੋ। ਵਧੀਆ ਜੀ, ਜਿੰਨੇ ਮੁੰਡੇ ਬੈਠੇ ਆ ਚੇਲੇ ਸਾਰੇ ਬੈਠੇ ਕਿਤੇ, ਸਾਰੇ ਇੱਕੋ ਪਾਣੀ ਚੱਲਦਾ, ਇੱਕੋ ਪਾਣੀ ਹੁੰਦਾ, ਇੱਕੋ ਗੇਮ ਚੱਲੂਗੀ ਸਾਡੀ। ਕਿਉਂ ਮੈਂ ਤਾਂ ਥੋੜ੍ਹੀ ਵੱਡੀ ਉਮਰ ਹੋ ਗਈ ਹਾਂ, ਅਤੇ ਹੁਣ ਮੁੰਡੇ ਹੀ ਕਰਦੇ ਕੰਮ। ਇਹ ਫੋਨ ਕਰ ਲੈਂਦੇ ਬਾਈ ਕਿਵੇਂ ਕਰਨਾ, ਮੈਂ ਪਤਾ ਐਂ ਕਰ ਲਓ, ਆਪਾਂ ਦੂਸਰ ਵੀ ਮੋੜ ਲਏ, ਦੂਸਰ ਵੀ ਚੰਨੂ ਜਾਂ ਅੰਗਰੇਜ਼ ਹੈ ਜਾਂ ਕਾਕੂ, ਇਹ ਮੋੜ ਲਏ, ਇਹਨਾਂ ਸਾਰਾ ਦੱਸਿਆ। ਹਾਂ ਦੱਸ, ਹਾਂ ਉਨੀ ਕੀ ਫਰਕ ਪੈ ਜੇ, ਮੈਂ ਸਮਝ ਜਾਂਦਾ ਵੀ ਜੇ ਹੈ ਨਹੀਂ ਤਾਂ ਮੈਂ ਦੱਸ ਦੇ ਠਾ ਲੈਂਦੇ ਆ ਬਈ ਆਹ ਲੋੜ ਹੈ, ਫਿਰ ਮੈਂ ਕੱਢ ਦਿੰਦਾ ਜਿੱਥੋਂ ਕੋਈ ਘਾਟ ਵੱਧ ਲੱਗਦੀ ਆ। ਹਾਂ ਉਹ ਤਾਂ ਠਾ ਲੈਂਦੇ, ਉਹ ਨਹੀਂ ਆਪਾਂ ਨਹੀਂ, ਉਦਾਂ ਬਾਕੀ ਸਾਰਾ ਕੁਛ। ਹਾਂ ਸਾਰਾ ਦੱਸਿਆ ਜਿੰਨੇ ਮੇਰੇ ਚੇਲੇ, ਸਾਰਾ ਦੱਸਿਆ ਟੂ ਜੈਡ। ਆਪਾਂ ਚੇਲੇ ਬਾਈ ਤੁਹਾਡੇ ਇੱਧਰ ਨੇੜੇ ਦੇ ਜਾਂ ਦੂਰ ਦੇ ਵੀ? ਨਹੀਂ ਸਾਰੇ ਦੂਰ ਦੇ ਵੀ ਆ, ਜਿਵੇਂ ਆਪਣਾ ਕਾਲੂ ਕੈਨੇਡਾ ਗਿਆ, ਮੈਂ ਸਰਾਂਦਾ ਸੀ ਕਾਲੂ ਕੈਨੇਡਾ ਗਿਆ, ਆਪਣੇ ਰਾਮ ਤਰੀਕੇ ਹੈ ਆਸਟ੍ਰੇਲੀਆ ਦਾ, ਆਸਟ੍ਰੇਲੀਆ ਗਿਆ ਤਰੀਕੇ ਪਿੰਡ ਉਹਦਾ, ਇੱਕ ਸ਼ਨੀ ਮੁੰਡਾ ਮੇਰਾ ਗਿਆ ਜਨਰਲ ਤੋਂ, ਉਹ ਵੀ ਆਸਟ੍ਰੇਲੀਆ ਗਿਆ। ਅਤੇ ਜਿਵੇਂ ਬਾਈ ਅੱਜ ਕੱਲ੍ਹ ਹੁਣ ਪਿੱਛੇ ਜੇ ਭੂਰੀ ਬਾਈ ਨੇ ਵੀ ਕਬੂਤਰ ਸੇਲ ਕਰੇ ਨੇ ਜਾਂ ਹੋਰ ਵੀ ਕਈ ਖਿਡਾਰੀ ਸੇਲ ਕਰ ਦਿੰਦੇ ਆ, ਤੁਸੀਂ ਕਬੂਤਰ ਖਰੀਦੇ ਆ ਕਦੇ? ਤਾਂ ਨਹੀਂ ਆਪਾਂ ਨਹੀਂ ਖਰੀਦਿਆ, ਕਦੇ ਕਬੂਤਰ ਸੇਲ ਕੀਤਾ? ਨਾ ਵੇਚਿਆ ਨਾ ਖਰੀਦਿਆ ਜੀ, ਆਪਾਂ ਸ਼ੌਂਕ ਹੁੰਦਾ ਲੈ ਲੈਂਦੇ ਹਾਂ, ਉਹ ਆਪ ਤੋਂ ਲੈ ਜਾਂਦੇ। ਇਹਦਾ ਕੋਈ ਕਾਰਨ ਵੈਸੇ ਕਦੇ ਦਿਲ ਹੀ ਨਹੀਂ ਕੀਤਾ? ਨਾ ਦਿਲ ਨਹੀਂ ਕੀਤਾ ਜੀ। ਤੁਹਾਨੂੰ ਲੱਗਦਾ ਵੀ ਕਿਉਂਕਿ ਇਹ ਕਹਿ ਲਓ ਵੀ ਕਬੂਤਰਬਾਜ਼ੀ ਪਹਿਲਾਂ ਪਿਆਰ ਦੀ ਖੇਡ ਸੀ? ਹਾਂਜੀ ਹਾਂਜੀ। ਹੁਣ ਵੀ ਕਬੂਤਰ ਵਾਜਣ ਦੇ ਵਿੱਚ ਪਿਆਰ ਹੈਗਾ? ਨਹੀਂ ਹਾਂ ਥੋੜਾ ਜਿਹਾ, ਕਬੂਤਰ ਬਾਈ ਵਧੀਆ ਸੈਟਿੰਗ ਬੈਠੀ ਆ, ਬਹੁਤ ਵਧੀਆ, ਜਿਹੜੀ ਹੁਣ ਮੁੰਡੇ ਜੱਗ ਬਲਾਨ ਮੁੰਡੇ ਨੇ ਵਧੀਆ ਆਏ ਆ, ਬਹੁਤ ਵਧੀਆ ਸਹੀ ਕਰਾਉਣ ਵਧੀਆ। ਜਿਵੇਂ ਹੁਣ ਜ਼ਿਆਦਾ ਐਂਟਰੀਆਂ ਵਾਲੀਆਂ ਬਾਜ਼ੀਆਂ ਹੁੰਦੀਆਂ ਨੇ, ਉਹ ਸਹੀ ਆ ਉਹ ਚੀਜ਼? ਨਹੀਂ ਥੋੜ੍ਹੇ ਹਿਸਾਬ ਦਾ ਕਰਨਾ ਚਾਹੀਦਾ ਜੀ ਐਂਟਰ, ਵੀ ਜਿਹੜਾ ਆਪਣੇ ਪੈਸੇ ਪੂਸੇ ਮੁੱਢ ਹਿਸਾਬ ਦਾ ਹੋਵੇ। ਆਪਾਂ ਤਾਂ ਵੇਖੋ ਜੀ 1100 1500 2200 3200 ਖੀਰੀ 5000, ਇਹ ਤੋਂ ਬਾਅਦ ਨਹੀਂ, ਬਸ ਇਹ ਤੋਂ ਬਾਅਦ ਨਾ ਛੱਡੋ, ਕਿਉਂ ਗਰੀਬ ਨੂੰ ਛੱਡਣੀ ਆ, ਗਰੀਬ ਕਿੱਥੇ ਜਾਣਗੇ? ਹੁਣ ਜਿਹੜਾ ਜਿਹੜਾ ਦਿਹਾੜੀ ਕਰਕੇ ਹੁੰਦਾ ਉਹਨਾਂ ਨੂੰ ਸ਼ੌਂਕ ਹੈ, ਉਹਨਾਂ ਵੀ ਕਰਨੇ ਚਾਹ ਰਹੇ ਨੇ। ਜਿਹੜਾ 500 ਕਮਾਉਂਦਾ ਘਰੇ 200 ਤੇ, ਉਹ 100 ਦਾ ਬਦਾਮ ਪਾਊਗਾ, ਕਿੱਥੇ ਸ਼ੌਂਕ ਪੂਰਾ ਕਰੂ? ਨਹੀਂ ਉਹਨੂੰ ਵੀ 1000 2000 ਛੱਡੂਗਾ। ਯਾਨੀ ਗੱਲ ਆਪਾਂ ਕਹਿ ਲਓ ਵੀ ਸ਼ੌਂਕ ਦੀ ਕਰਦੇ ਆ, ਹਾਂਜੀ ਸ਼ੌਂਕ, ਹਾਂ ਸ਼ੌਂਕ, ਜਦੋਂ ਬੰਦੇ ਕੋਲ ਇੰਨੀ ਐਂਟਰੀ ਭਰਨ ਦੇ ਪੈਸੇ ਨਹੀਂ ਹੋਣਗੇ, ਹਾਂ ਕਿੱਥੇ ਸ਼ੌਂਕ ਕਿੱਥੋਂ ਦਾ ਪੂਰਾ ਨਹੀਂ ਹੁੰਦਾ ਜੀ, ਨਹੀਂ ਹੁੰਦਾ, ਗਰੀਬ ਬੰਦਾ ਕਿੱਥੋਂ ਜੂਗਾ, ਨਹੀਂ ਹੁੰਦਾ ਜੀ, ਉਹ ਵਿਚਾਰਾ ਉਨੀ ਕੀ ਮਿਹਨਤ ਕਰਦਾ ਉਹਨੇ ਖੋ ਜਾਂਦਾ। ਤੇ ਬਈ ਅੱਗੇ ਬਰੀਡਿੰਗ ਦੀ ਗੱਲ ਕਰੀਏ, ਜੋੜੇ ਤੁਸੀਂ ਕਿਵੇਂ ਲਾਉਣੇ ਜੋੜੇ? ਜੀ ਪਹਿਲਾਂ ਆਪਣੇ ਦਿਮਾਗ ਨਾਲ ਲੜੇਗੀ, ਜਿਹੜਾ ਆਪਣੇ ਸੈਟਿੰਗ ਬਹਿੰਦੀ ਹੈ ਪਿਓਰ ਕਰਦੇ? ਨਹੀਂ ਆਸ ਵੀ ਦੀ, ਜਿਵੇਂ ਉਹਦਾ ਗਾਂਹ ਗਾਂਹ ਲਾ ਲਈਆਂ ਸੀ, ਪਿਓਰ ਨਹੀਂ, ਮਾਂ ਪੁੱਤ ਨਹੀਂ ਲਾਉਂਦੇ ਅਸੀਂ, ਭੈਣ ਪਤਾ ਨਹੀਂ ਲਾਉਂਦੇ ਛੇਤੀ ਕਿਤੇ, ਗਾਂਹ ਬਲੀਡ ਅੱਡ ਅੱਡ ਹੁੰਦੀ। ਉਹਦਾ ਕੀ ਕਾਰਨ ਨਾ ਪਿਓਰ ਕਰਨ ਦਾ? ਓਵਰ ਉੜਦੇ ਘੱਟ ਹੈ ਜੀ ਜਿਹੜੇ ਆਪਾਂ ਪਿਓਰ ਕਰਦੇ, ਹਾਂ ਉੜਦੇ ਨਹੀਂ। ਤੇ ਜਿਵੇਂ ਆਪਾਂ ਬਾਅਦ 'ਚ ਕਹਿੰਦੇ ਵੀ ਸਾਡੇ ਕੋਲ ਇਹਦਾ ਬਲੱਡ ਨਹੀਂ ਰਿਹਾ, ਫਿਰ ਉਵੇਂ ਆਪਾਂ ਜੇ ਰੱਖਣੇ ਹੋਣ ਪਿਓਰ ਕਰਕੇ, ਉਹ ਫਿਰ ਜੇ ਪਿਓਰ ਕਰਕੇ ਰੱਖਣਾ ਪੱਠਾ ਹੋਵੇ ਦਾਦੇ ਦਾ ਜਾਂ ਗਾਂ ਪਿਓ ਦਾ, ਫੇਰ ਲੱਗਦੇ ਦਾਦੇ ਦਾ ਪੱਠਾ ਹੋਵੇ, ਹਾਂ, ਤੇ ਪਿਓ ਦਾ ਗਾਂ ਹੋਵੇ ਪੱਠੀ, ਫੇਰ ਆਉਂਦੇ। ਕਬੂਤਰੀ ਵੀ ਸੇਮ ਉਹਨਾਂ ਦੀ ਬਲੱਡ ਦੀ ਚੱਲ, ਨਾ ਫੇਰ ਬਲੱਡ ਉਹੀ ਚੱਲਦਾ ਯਾਰ ਦਾ ਬਲੱਡ, ਫੇਰ ਬਣਦੇ ਆ ਜਿਹਨੂੰ ਆਪਾਂ ਦਾਦਾ ਪੋਤੀ ਕਹਿ ਦਿੰਦੇ ਮੱਲਾ, ਠੀਕ ਹੈ ਜੀ, ਉਹਦਾ ਸਹੀ ਚੱਲਦਾ ਉਹਦਾ ਕਹਾਂ ਬਲੱਡ ਸਹੀ, ਹਾਂ ਉਹ ਚੱਲਦਾ। ਤੇ ਬਈ ਜੇ ਹੁਣ ਕਬੂਤਰ ਭੱਜਦੇ ਹੋਣ ਆਪਣੇ, ਹਾਂਜੀ, ਆਪਾਂ ਜੋੜਾ ਲਾ ਲਿਆ, ਉਹ
ਨਹੀਂ ਖੜ ਸਕਦੇ ਜਿਹਨੇ ਭੱਜਣਾ ਭੱਜ ਹੀ ਜਾਣਾ। ਬਾਕੀ ਵੇਖੋ ਮਾਲਕ ਦੀ ਮਿਹਰ ਹੁੰਦੀ ਹੈ, ਕੋਈ ਖੜ ਵੀ ਜਾਂਦਾ ਜੀ, ਕੋਈ ਨਹੀਂ ਵੀ ਖੜਦਾ। ਬਾਕੀ ਐਂ ਦਿੱਤੇ ਆ ਮੁੰਡਿਆਂ ਨੂੰ ਦਿੱਤੇ ਆ, ਆ ਭੇਜੀ ਕੋਲ ਪਏ ਆ, ਉਹਨੂੰ ਪੁੱਛ ਲਓ ਹਾਲ ਮਿਲਦਾ ਬੇਟਾ ਤੁਰ ਕੇ ਜਾ। ਰੰਗ ਰੂਪ ਦੇਖ ਕੇ ਉਹਨਾਂ ਦੀ ਪਛਾਣ ਹੋ ਜਾਂਦੀ ਹੈ ਕਬੂਤਰ ਚੰਗਾ। ਹਾਂ ਜੇ ਪਰਖਲ ਬੰਦਾ ਹੋਵੇ, ਜਿਹਨੇ ਪਰਖ ਕੀਤੀ ਆ ਉਹ ਬੰਦਾ ਪਤਾ ਲੱਗ ਗਿਆ ਵੀ ਆਹ ਬਲੱਡ ਆ ਇਹਦਾ, ਉਹ ਪਰਖ ਕਰ ਲਓ। ਆਮ ਬੰਦਾ ਨੂੰ ਪਤਾ ਲੱਗ, ਹੁਣ ਸਾਡੇ ਕਬੂਤਰ ਗਵਾਚ ਜਾਂਦੇ ਕਈ ਵਾਰੀ, ਅਸੀਂ ਲੋਕਾਂ ਦਾ ਲੱਭ ਕੇ ਲੈਣੇ ਸਾਲ ਤੋਂ ਵੀ ਦੋ ਸਾਲ ਬਾਅਦ ਵੀ ਯਾਰ ਸਾਡਾ ਉਹ ਕਹਿੰਦੇ ਬਈ ਕਿਵੇਂ ਮੈਂ ਕਿਹਾ ਰੰਗਾ ਬੰਦਾ ਛੱਡਿਆ ਸਾਡਾ, ਲਿਆਉਂਦੇ ਮੁੰਡੇ ਮੇਰੇ ਚੇਲੇ ਫੜ ਕੇ ਮਿਲ ਜਾਂਦਾ ਸਾਲ ਬਾਅਦ ਵੀ ਦੋ ਸਾਲ। ਜਿਵੇਂ ਹੁਣ ਵਿੱਚ ਬੰਦੇ ਆ ਬੰਦੇ ਹੁੰਦੇ ਆ ਕਈ ਵਾਰੀ ਵੀਡੀਓ ਕਾਲਾਂ ਦੇ ਵੀ ਜੋੜੇ ਲਵਾ ਦਿੰਦੇ ਜਾਂ ਫੋਟੋਆਂ ਕਹਿੰਦਾ ਫੋਟੋਆਂ ਪਾ ਦੋ, ਫੋਟੋ ਦੇਖ ਕੇ ਜੋੜੇ ਲਵਾ ਦਿੰਦੇ ਆ, ਉਵੇਂ ਕੋਈ ਇਹਨਾਂ ਦੀ ਪਛਾਣ ਹੋ ਜਾਂਦੀ? ਨਹੀਂ ਐਂ ਨਹੀਂ, ਫੋਟੋ ਫੋਟੋ ਕੋਈ ਪਛਾਣ ਨਹੀਂ, ਜਿਹਨਾਂ ਜਾਂ ਹੱਥ 'ਚ ਨਹੀਂ ਫੜ ਕੇ ਬਹਿੰਦੇ ਆਪਾਂ ਉਹਨੂੰ ਵੇਖੋ ਵੀ ਚੰਗਾ ਮਾੜਾ ਜੋੜ ਖੁੱਲ੍ਹਾ ਜਾਂ ਬੰਦ ਵੇਖੋ ਉਸ ਹਿਸਾਬ 'ਤੇ ਸਿਟਿੰਗ ਹੁੰਦੀ ਹੈ। ਖੁੱਲ੍ਹੇ ਬੰਦ ਜੋੜ ਵਾਲਾ ਕੀ ਹਿਸਾਬ ਕਿਤਾਬ ਹੁੰਦਾ? ਇਹ ਹੁੰਦਾ ਜੀ ਆਪੋ ਆਪਦਾ ਦਿਮਾਗ ਹੁੰਦਾ ਜੀ, ਕੋਈ ਖੁੱਲ੍ਹੇ ਜੋੜ ਨਾਲ ਲਾਉਂਦਾ ਕੋਈ ਬੰਦ ਨਾਲ ਲਾਉਂਦਾ, ਇਹਨਾਂ ਦਾ ਕੋਈ ਉਡਾਨ ਦਾ ਫਰਕ ਹੁੰਦਾ? ਹਾਂ ਪੂਰਾ ਬੰਦ, ਜਿਹੜਾ ਬੰਦ ਜੋੜਦਾ ਕਬੂਤਰ ਜ਼ਿਆਦਾ ਉੱਡੂਗਾ, ਬੰਦ ਜੋੜ ਵਾਲਾ ਜ਼ਿਆਦਾ ਉੱਡੂਗਾ, ਜਿਹੜਾ ਖੁੱਲ੍ਹੇ ਵਾਲਾ ਉਹ ਘੱਟ ਉੱਡੂਗਾ। ਤੇ ਫਿਰ ਇਹ ਲਾਉਣਾ ਕਿਵੇਂ ਚਾਹੀਦਾ? ਜੋੜਾ ਖੁੱਲ੍ਹੇ ਬੰਦ ਵਾਲਾ ਕਰਨਾ ਚਾਹੀਦਾ ਪਲੱਸ ਮਾਈਨਸ? ਹਾਂ ਪਲੱਸ ਮਾਈਨ ਕਰੋ, ਜੇ ਤਾਂ ਤੁਹਾਨੂੰ ਚੰਗਾ ਕਬੂਤਰ ਬੰਦ ਜੋੜਦਾ ਖੁੱਲ੍ਹੇ ਜੋੜ ਨਾਲ ਲਾ ਲਾ ਉਹਦੇ ਬਰਾਬਰ ਹਿੱਸਾ ਜੀ, ਜੇ ਉਹਨੂੰ ਕਰੇਗਾ ਉਹਦੇ ਨਾਲ ਲਾਓ। ਯਾਨੀ ਜੇ ਆਪਾਂ ਬੰਦ ਜੋੜ ਵਾਲਾ ਬੰਦ ਨਾਲ ਲਾਤਾ ਹਾਂ ਫਿਰ ਉਹ ਤੇਜ਼ ਵਾਲੇ ਹੋ ਜਾਣੇ, ਹਾਂ ਮਿਕਸ ਹੋ ਜਾਣੇ ਪੂਰੇ ਬਣ ਜਾਣਗੇ। ਜੇ ਬੰਦ ਨਾਲ ਬੰਦ ਲਾਤਾ ਇਹ ਤੁਹਾਨੂੰ ਪਤਾ ਹੀ ਉਹ ਤਾਂ ਭੱਜਣੇ ਵੀ ਹੈ ਫਿਰ, ਪਰ ਮੇਨ ਗੱਲ ਇਹ ਹੈ ਜਿਹੜਾ ਕਬੂਤਰ ਭੱਜੂਗਾ ਉਹ ਜਿੱਤੂਗਾ, ਜਿਹੜਾ ਭੱਜਦਾ ਉਹ ਜਿੱਤੂ ਉਹ ਜਿੱਤੂਗਾ, ਕਿਉਂ ਘਰੇ ਡਾਵਾ ਹੁੰਦਾ ਕਬੂਤਰ, ਉਹ ਡਾ ਡਾ ਨਹੀਂ ਪੂਰੀ ਹੁੰਦੀ, ਉਹਨੇ ਆਪਦਾ ਟਾਈਮ ਪਾਸ ਕਰਨਾ ਹੁੰਦਾ ਹੌਲੀ ਹੌਲੀ, ਇੱਧਰ ਗਿਆ ਉੱਧਰ ਗਿਆ, ਉਹਦਾ ਸਾਰਾ ਟਾਈਮ ਨਹੀਂ ਮਿਲਦਾ ਉਹਨੂੰ, ਉਹ ਫਿਰ ਫਿਸ ਜਾਂਦਾ, ਕਿਉਂ ਉੱਥੇ ਬਾਜੀ ਚਾਰ ਪੰਜ ਵਜੇ ਮੁੱਕਦੀ ਆ ਉਹ ਸਾਲਾ ਸੱਤ ਵਜੇ ਵਰਤਣ ਦਾ, ਕਾਰਨ ਇਹੀ ਉਹਦਾ ਸੈਟਿੰਗ ਨਹੀਂ ਪੈਂਦੀ ਉੱਥੇ। ਜ਼ਰੂਰੀ ਵੇਖੋ ਜੇ ਅੱਠ ਭਜਦੇ ਨਾ ਦੋ ਜਿੱਤ ਕੇ ਬਰਾਬਰ ਕਰ ਦਿੰਦੇ ਭੱਜਣ ਵਾਲੇ ਕਬੂਤਰ, ਤੇ ਫਿਰ ਉਹਦਾ ਜੋੜਾ ਕਿਹੋ ਜਿਹੇ ਕਬੂਤਰ ਨਾ ਜਾ ਕਬੂਤਰੀ ਨਾ ਦੋਣਾ ਚਾਹੀਦਾ ਜਿਹੜਾ ਭਜਦਾ ਹੋਵੇ ਘਰੋਂ? ਉਹ ਫਿਰ ਠੰਡੀ ਕਬੂਤਰੀ ਹਿਸਾਬ ਤੇ ਜਿਹਨੇ ਬਾਈਆਂ ਹੋਈਆਂ ਛੱਡੀ ਹੋਵੇ ਨਹੀਂ ਭਜਦੀ ਨਹੀਂ ਉਹਦੇ ਬੱਚੇ ਕਰਦੇ ਉਹਦਾ ਲਾਓ। ਤੇ ਇੱਕ ਬਾਈ ਜੀ ਹੋਰ ਦੱਸੋ ਗੱਲ, ਕਬੂਤਰ ਜ਼ਿਆਦਾ ਅਡਾਈ ਕਰਦਾ ਜਾਂ ਕਬੂਤਰੀ ਕਰਦੀ? ਕਬੂਤਰੀ ਜ਼ਿਆਦਾ ਕਰਦੀ, ਉਹਦਾ ਕੀ ਕਾਰਨ? ਵੈਸੇ ਕਬੂਤਰੀ ਸਭ ਤੋਂ ਜਾਈ ਡਾਈ ਕਬੂਤਰੀ ਜ਼ਿਆਦਾ ਕਬੂਤਰ ਘੱਟ ਕਰਦਾ, ਥੋੜ੍ਹਾ ਕਬੂਤਰ ਮਸਤ ਜਾਂਦਾ ਉਹ ਠੱਪਿਆਂ 'ਚ ਹੋ ਜਾਂਦਾ ਉਹ ਬਹਿਣ ਨੂੰ ਕੁਛ ਕਰਦਾ, ਉਹਦੀ ਆਪ ਮਾਤਾ ਹੀ ਹੁੰਦੀ ਆਂਡੇ ਨੂੰ ਲਾਏ ਹੁੰਦੇ ਆ ਫਰੈਸ਼ ਹੁੰਦੀ ਆ, ਉਹਨੇ ਆਪਦਾ ਜ਼ੋਰ ਲਾਉਣਾ ਜੋ ਕੇ ਚੜ ਜਾਂਦੀ ਹੈ, ਕਬੂਤਰ ਠੱਪਿਆਂ 'ਚ ਥੱਲੇ ਹੈ, ਉਹਨੇ ਆਉਂਦਾ ਮੈਂ ਇੱਥੇ ਗੂੰਜੂੰਗਾ ਬੈਠੂੰਗਾ ਆਂਡਾ ਜਾਂ ਕਰੂੰਗਾ, ਅਤੇ ਕਬੂਤਰੀ ਹੁੰਦਾ ਜੋ ਆਂਡੇ ਫਰੈਸ਼ ਹੁੰਦੀ ਆ ਉਹ ਲੁੱਟਣੇ। ਤੇ ਬਾਈ ਜੀ ਕਬੂਤਰੀ ਦੇ ਮੰਨ ਲਓ ਆਪਾਂ ਐਤਕੀ ਹੁਣ ਕਬੂਤਰੀ ਬੱਚੇ ਲਏ ਹੋਏ ਆ ਜਾਂ ਪਿਛਲੇ ਸਾਲ ਦੀ ਆਪਣੇ ਕੋਲ ਆਪਾਂ ਉਹਦੇ ਆਂਡੇ ਲਹਾ ਲਏ, ਹਾਂਜੀ ਬੱਚੇ ਪਾਲ ਲਏ ਉਹਦੇ, ਹਾਂਜੀ ਉਹ ਅਗਲੇ ਸਾਲ ਉੱਡ ਸਕਦੀ ਹੈ? ਹਾਂਜੀ ਉੱਡੂਗੇ, ਜਮਾਂ ਕਲੀਅਰ ਉੱਡਣਗੇ, ਦੋ ਤਿੰਨ ਸਾਲ ਤੱਕ ਉੱਡਦੇ ਆ ਬੱਚਿਆਂ ਨੇ ਕਬੂਤਰ ਬੱਚੇ ਲੈਣ ਲੱਗੇ ਨਾ, ਵਧੀਆ ਬੱਚੇ ਕੱਢ ਲੂਗੀ ਇੱਕ ਦੋ ਝੋਲੀ ਪਾ ਲਾ ਵਧੀਆ ਉੱਡੂਗੀ, ਉਹ ਅੰਦਰ ਦੀ ਜਿਹੜਾ ਮਿਹਤ ਆ ਨਾ ਸਿਟਿੰਗ ਹੋ ਜਾਂਦੀ, ਪੇਟੀ ਪੁੱਟੀ ਸਾਫ਼ ਹੋ ਗਈ ਉਦੋਂ ਜ਼ਿਆਦਾ ਉੱਡੂਗੀ।
ਜਿਨ੍ਹਾਂ ਦੇ ਆਪਾਂ ਬੱਚੇ ਲੈ ਲਈ। ਹਾਂਜੀ, ਜ਼ਿਆਦਾ ਵਧੀਆ ਉੱਠਦੇ, ਕੋਈ ਚੱਕਰ ਨਹੀਂ ਹੁੰਦਾ, ਇੱਕ ਦੋ ਬੱਚੇ ਪਾ ਲਓ ਕੋਈ ਚੱਕਰ ਨਹੀਂ ਹੁੰਦਾ। ਅਤੇ ਜ਼ਿਆਦਾਤਰ ਬਾਈ ਜੀ ਤੁਸੀਂ ਸੀਜ਼ਨ ਦੇ ਵਿੱਚ ਦੂਸਰਾ ਵੱਧ ਛੱਡਦੇ ਹੋ ਜਾਂ ਫਿਰ ਗਹਿਰਾ ਹੀ ਵੱਧ ਛੱਡਦੇ? ਵੀ ਦੂਸਰਾ ਵੀ ਹੁੰਦੀਆਂ, ਗਹਿਰਾ ਵੀ ਸਾਰਾ ਹੀ ਚੱਲਦਾ ਸਾਡਾ। ਵੀ ਜੋ ਮਤਲਬ ਵੀ ਮੰਨ ਲਓ ਚੇਤ ਚੜ੍ਹ ਜਾਂਦਾ 20-25 ਚੇਤ, ਹਾਂਜੀ 10-5 ਸੂ ਤੱਕ ਛੱਡੀ ਜਾਣਾ, ਚਾਹੇ ਗਹਿਰਾ ਚਾਹੇ ਦੂਸਰਾ ਚਾਹੇ ਦੂਸਰਾ, ਅੱਜ ਤੱਕ ਛੱਡੀ ਜਾਣਾ ਸ਼ੁਰੂ ਹੋ ਕੇ ਅੱਸੂ ਤੱਕ ਛੱਡਦੀ। ਹਾਂ ਛੱਡੀ ਜਾਣਾ ਜੀ, ਸਾਨੂੰ ਕੋਈ ਕਹਿਣ ਨਾਲ ਮਤਲਬ ਨਹੀਂ, ਨਾ ਦੂਸਰੇ ਨਾਲ। ਜੇ ਸਾਡਾ ਹੱਥ ਲੱਗ ਗਿਆ ਤਾਂ ਠੀਕ ਹੈ, ਤਿੰਨ ਨਾ ਜੇ ਸਾਡੇ ਹੱਥ ਲੱਗ ਗਿਆ ਦੂਸਰ ਜਿੱਤ ਲਾਂਗੇ, ਨਹੀਂ ਤਾਂ ਹਾਰ ਜਾਂਗੇ। ਐਤਕੀ ਤੁਸੀਂ ਹੋਰ ਕਿੰਨੀਆਂ ਬਾਜ਼ੀਆਂ ਛੱਡੀਆਂ? ਐਤਕੀ ਮੈਂ ਛੱਡੀਆਂ ਘਰੋਂ 5 ਤੇ ਉਹਨਾਂ ਦੋ ਜਿੱਤੀਆਂ ਸੀ, 3 ਹਰੇ। ਕਿੱਥੇ ਕਿੱਥੇ ਜਿੱਤੀ? ਉਹ ਜਿੱਤੀ ਸੀ ਆਪਣਾ ਆ ਚੰਨ ਨੂੰ ਪਤਾ ਕਿਹੜਾ ਪਿੰਡ, ਫੁੱਲੂਗੜਾ, ਫੁੱਲੂਗੜੇ ਸਭ ਤੋਂ ਵੱਧ ਉੱਡੀ, ਬਹੁਤ ਚੰਗੀ ਉੱਡੀ ਹੈ। ਉਦੋਂ ਬਾਅਦ ਇਹਨੇ ਮੁੰਡੇ ਮੇਰੇ ਚੇਲੇ ਨੇ ਕਬੂਤਰ ਮੋੜਿਆ, ਮੈਂ ਤਾਂ ਸੌਂ ਗਿਆ ਸੀ, ਠੀਕ ਹੈ, ਇਹਨੇ ਮੋੜਿਆ ਰਾਤ ਨੂੰ। ਮੇਰਾ ਬੇਟਾ ਸੀ, ਕਾਕੂ ਸਾਰੇ ਸੀ, ਮੁੰਡੇ ਜਿਹਨੇ ਸੁਨੀਲ ਸੀ ਮਲੋਟ ਵਾਲਾ ਸਾਰੇ ਸੀ ਸਹਿਜ, ਇਹਨਾਂ ਨੇ ਮੋੜਿਆ ਨਾ ਰਾਤ ਨੂੰ 2:30 ਬਾਈ ਕਿਵੇਂ ਮਸ ਠੀਕ ਹੈ, ਸਭ ਤੋਂ ਵਧੀਆ ਉੱਡਿਆ ਕਬੂਤਰ, ਐਵੇਂ ਕਹੀ ਗਿਆ, ਬਹੁਤ ਬੱਚਾ ਸੀ ਇਹਨਾਂ ਨੇ, ਬਹੁਤ ਵੱਡੀ। ਅਤੇ ਦੂਜੀ ਬਾਜੀ? ਦੂਜੀ ਉਹ ਸਾਹਿਬ ਚੰਦ ਵੀ ਦੂਜੀ ਉੱਥੇ, ਹਾਂ 3 ਹਰੇ ਆਲਮਲੇ ਹਰੇ, 3 ਸਾਡੇ ਆਲਮਲੇ 3 ਹਰੇ ਆ। ਪਹਿਲੀ ਛੱਡੀ 2:30 ਪੈ ਗਿਆ, ਦੂਜਾ ਵੀ 2:30 ਪੈ ਗਿਆ, ਠੀਕ ਹੈ, ਹਾਂ ਝੂਠ ਨਹੀਂ ਮਾਰਦੇ। ਉਹਦਾ ਕੀ ਕਾਰਨ ਰਿਹਾ ਵਾ, ਕਿਉਂਕਿ ਆਪ ਨੂੰ ਪਤਾ ਹੀ ਹੁੰਦਾ ਵੀ ਆਪਣੇ ਕਬੂਤਰ ਚਾਹ ਨੁਕਸ ਪੈ ਗਿਆ? ਬੱਚੇ ਸੀ ਨਾ, ਕਲੀਆਂ ਦੇ ਬੱਚੇ ਸੀ, ਘਰੇ ਬਹੁਤ ਉੱਡਦੇ, ਨਹੀਂ ਉਹਨਾਂ ਮੰਨਦੇ, ਹਾਂ ਛੋਟੇ ਬੱਚੇ ਸੀ, ਛੱਡਤੇ, ਛੱਡਣੇ ਪੈਣੇ ਸੀ, ਵੀ ਆਪਦੀਆਂ ਐਂਟਰੀਆਂ ਆਪਦੀਆਂ ਪਾਈਆਂ, ਵੀ ਆਪਦਾ ਪਿੰਡ ਆ ਆਪਦੇ ਬਾਜੀ ਦੀ ਤਾਂ। ਤੇ ਫਿਰ ਉਹ ਕਹਿ ਲਈ ਲਾਕ ਕਰਕੇ ਬਹਿ ਗਏ ਜਾਂ? ਵੇਖੋ ਜੀ ਬੱਚਿਆਂ ਦੇ ਐਂ ਤਾਂ ਜਿੱਤੇ ਆ, ਸਾਡੇ ਚੇਲਿਆਂ ਜਿੱਤੇ ਆ, ਮੇਰੇ ਚੇਲੇ ਦਾ ਸੁਨੀਲ ਤਾਂ ਆਉਣਾ ਮੁੰਡਾ ਮਲੋਟਰਾ ਮੇਰਾ ਭਤੀਜੇ ਆ, ਉਹਦਾ ਜਿੱਤਿਆ ਬਰਾਬਰ, ਅਸੀਂ ਬਾਜੀ ਸਾਂਝੀ ਕੀਤੀਆਂ, ਤਾਂ ਅਸੀਂ ਜਿੱਤੇ ਐਰ ਕੇ ਵੀ ਜਿੱਤੇ, ਹੁਣ ਵੀ ਉਸੇ ਅਸੀਂ ਫਿਰ ਬਾਜੀ ਸਾਂਝੀ ਹੋਈ ਆਪਣੇ ਨਾਲ, ਭਤੀਜੇ ਤੇ ਸਾਡੀ ਫਿਰ ਹੋਈ, ਪਰ ਪਹਿਲਾਂ ਛੱਡੀ ਉਹ ਵੀ ਸਾਡੀ ਸਾਂਝੀ ਸੀ ਬਾਜੀ ਦੋਨਾਂ, ਬਾਈਆਂ ਜ਼ਰੂਰ ਜਿੱਤੇ ਅਸੀਂ, ਪਰ ਜਿਹੜੇ ਘਰ ਦੀ ਗੱਲ ਕਰਦੇ ਉਹ ਸਾਡੇ ਹਰੇ ਸੀ, ਉਹ ਸਾਂਭੇ ਹੋਏ, ਹਾਂ ਉਹ ਵੀ ਸਾਂਭੇ ਆਪਣੇ ਸੀ ਉਹ। ਤੇ ਵੱਧ ਬਾਜੀਆਂ ਬਾਈ ਤੁਸੀਂ ਕਿਹੜੇ ਸੀਜ਼ਨ 'ਚ ਜਿੱਤੇ ਹੋ? ਉਹ ਤਾਂ ਬਹੁਤ ਚਿਰ ਹੋ ਗਈ, ਹੁਣ ਉਹ ਮੇਰੇ ਹਿਸਾਬ 'ਚ ਬਹੁਤ ਚਿਰ ਗਿਆ, ਬਾਦਲ ਬੂਦਲ ਛੱਡੀਆਂ ਉਦੋਂ ਜਿੱਤੀ ਬਹੁਤ, ਮੋਹਾਲੀ ਸਾਂਦ ਕੋਲੇ ਹੁੰਦਾ ਜੀ ਮੈਂ ਤਾਂ, ਹਾਂ 2016 'ਚ ਮੋਹਾਲੀ ਸਾਂਦ ਕੋਲੇ ਉੱਥੇ ਕਬੂਤਰ ਭੇਜਦੇ ਜੀ ਆਪਾਂ, ਆਪਣਾ ਚੇਲਾ ਵੀ ਆ, ਭਰਾ ਵੀ ਸਭ ਕੁਛ ਹੈ, ਮੋਹਾਲੀ ਸਾਂਦ ਕੋਲੇ ਰਹੇ ਆਪਣੇ, ਉੱਥੇ ਜਿੱਤੇ ਉਦੋਂ ਛੱਡੀਆਂ ਸੀ 43 ਅਤੇ 41 ਜਿੱਤੇ, 43 ਛੱਡੀਆਂ 43 ਜਿੱਤੇ, ਹਾਂ 41 41 ਦੋ ਹਰੇ, ਉਹ ਵੀ ਇੱਕ ਬਾਦਲੋਂ ਨਿਕਲ ਕੇ ਹਰੀ ਸਾਡੀ, ਇੱਕ ਰਾਤ ਨੂੰ ਬੈਠੀ ਹੋਈ ਬਸ। ਤੇ ਜਾਣੀ 2016 ਦੇ ਵਿੱਚ, ਹਾਂ ਕੀਪਾ ਬੋਰਡ ਹਾਂ ਮਾਰੀ ਸੰਗਤ ਨਾਲ ਸੀ ਬਰਾਬਰ। ਤੇ ਉਦੋਂ ਪਹਿਲਾਂ ਵੱਧ ਸੀ ਕਿਹੜੇ ਸੀਜ਼ਨ 'ਚ ਜਿੱਤਣਾ? ਬਸ ਆਹੀ ਹੁੰਦਾ ਕਿ 10 ਜਿੱਤਰੀਆਂ 5 ਹਰ ਕੇ, ਬਸ ਆਹੀ ਹੁੰਦਾ। ਉਹ ਸਾਡਾ ਖਲੀਫਾ ਹੁਣ ਆਏ ਦਿੱਲੀ, ਖਿਲਾਫ ਮਿਲਿਆ ਸਾਡੇ ਖਲੀਫੇ ਨੂੰ ਸੁਨੀਲ ਮਲੋਟਾ, ਹਾਂ ਦਿੱਲੀ 'ਚ ਅਸੀਂ ਟੂਰਨਾਮੈਂਟ ਸੀ, 242 ਘੰਟਾ ਰਿਕਾਰਡ ਸੀ, 242 ਘੰਟੇ ਦਾ, 42 ਘੰਟੇ ਆਪਾਂ ਤੋੜਿਆ ਸੀ, 272 ਘੰਟੇ ਬਣਾਏ ਸੀ ਦਿੱਲੀ 'ਚ, ਰਿਕਾਰਡ ਤੋੜਿਆ ਦਿੱਲੀ ਦਾ ਮੀਆਂ ਦਾ, ਨਹਿਰੂ ਸਟੇਡੀਅਮ 'ਚ ਨਾਲ ਸਟੇਡੀਅਮ ਉੱਥੇ ਆਪਣੀ ਹਜੇ ਵੀ ਉਹਨਾਂ ਲਿਖ ਕੇ ਲਾਇਆ ਕੀਪਾ ਮਲੋਟ, ਹਾਂ ਦਿੱਲੀ 'ਚ ਛੱਡਿਆ ਸੀ ਇਹ 2002-3 ਦੀ ਗੱਲ ਇੱਥੇ ਹੀ ਆ।
ਜਦੋਂ ਆਪਾਂ ਮੋਹਣ ਸਿੰਘ ਦਾ ਮੋਹਣ ਸਿੰਘ ਕੱਪ ਰੱਖਿਆ ਗੁਲਾਬੇ ਗੁਰੂ ਦੇ ਪਿੰਡਾਂ ਜੋ ਜਿੱਤੇ ਆ 2002-3 ਦੇ ਵਿੱਚ ਰਿਕਾਰਡ ਬਣਾਇਆ ਹਾਂ ਪੂਰਾ ਪੂਰਾ ਦਿੱਲੀ ਚ ਫੁੱਲ ਸਤੀਸ਼ ਬਾਈ ਆ ਗਿਆਨ ਬਾਈ ਆ ਚੰਦਰ ਸ਼ੇਖਰ ਵਕੀਲ ਆ ਦਿੱਲੀ ਦੇ ਉਹਨਾਂ ਉਸ ਤੋਂ ਬਾਅਦ ਕੋਈ ਹੁਣ ਤੱਕ ਕੋਈ ਉਹ ਰਿਕਾਰਡ ਤੋੜਿਆ ਕਿ ਨਹੀਂ ਟੁੱਟਦਾ ਹੀ ਨਹੀਂ ਬਾਈ ਨਾ ਤੋੜੇ ਨਾ ਟੁੱਟੇ ਟੁੱਟਦੇ ਨਹੀਂ ਜਾਂ ਤਾਂ ਇੰਨੇ ਛੂਟ ਦੇ ਕੁੱਤ ਵਿੱਚ ਹੁੰਦੇ ਨੇ ਦੋ ਤਿੰਨ ਛੁੱਟਦੇ ਹੁੰਦੇ ਆ ਨਾ ਬਣੇ ਨਹੀਂ ਫੌਲ ਹੋ ਜਾਂਦੇ ਕੀ ਹੁੰਦੇ ਆ ਉੱਥੇ ਦੇ ਰੂਲ ਉਹ ਬਾਜੀ ਉਹ ਰੂਲ ਜਿਹੜਾ ਕਬੂਤਰ ਆਪਾਂ ਘਰੋਂ ਛੱਡਿਆ ਜੀ ਉਹਨੇ ਘਰੇ ਆਉਣਾ ਜੇ ਬਲਾਨੇ ਕੰਧ ਵੀ ਨਹੀਂ ਬਹਿ ਗਿਆ ਫੌਲ ਘਰੇ ਉਤਰੇ ਜਾਂ ਉਹਨੂੰ ਜੱਜਮੈਂਟ ਹੁੰਦੀ ਇੱਥੇ ਬੈਠਾ ਇੱਥੇ ਬਹਿਣਾ ਬਸ ਦੱਸਣਾ ਪੈਂਦਾ ਯਾਨੀ ਜਿੱਥੋਂ ਛੱਡਿਆ ਉੱਥੇ ਹੀ ਹਾਂਜੀ ਹਾਂਜੀ ਉੱਥੇ ਬਸ ਵੀ ਇੱਥੇ ਛਾਤੇ ਬੈਠੂਗਾ ਠੀਕ ਹੈ ਉਹ ਰਿਜ਼ਲਟ ਹੁੰਦਾ ਜੀ ਮਰਦਾਸ ਕਲਕੱਤਾ ਬੰਬਾ ਜਾਂ ਰਿਜ਼ਲਟ ਹੁੰਦਾ 1.5 ਮਹੀਨੇ ਬਾਅਦ ਫਿਰ ਦਿੰਦੇ ਰਿਜ਼ਲਟ ਬਾਅਦ ਜੀ ਫਲਾਨੇ ਦੇ ਉੱਡੇ ਆ ਫਸਟ ਪ੍ਰਾਈਜ ਸੈਕਿੰਡ ਪ੍ਰਾਈਜ ਮਿਲਦੇ ਆ ਤੇ ਕੀ ਪ੍ਰਾਈਜ ਨਾਮ ਕੀ ਸੀ ਪਰ ਉੱਥੇ ਬਸ ਨਾਮ ਹੀ ਹੁੰਦਾ 10,000 11,000 ਮੋਟਰਸਾਈਕਲ ਬਸ ਫਰਜ ਰੱਖਤੀ ਕੂਲਰ ਰੱਖਤੇ ਬਸ ਤੇ ਤੁਹਾਨੂੰ ਫਿਰ ਕੀ ਨਾਮ ਮਿਲਿਆ ਸੀ ਉੱਥੋਂ ਮੈਨੂੰ ਫਰਜ ਦਿੱਤੀ ਜੀ ਬਾਕੀ ਪੈਸੇ ਵੀ ਦਿੱਤੇ ਉਹਨਾਂ ਆਟਾ ਉਹ ਤਾਂ ਇਹ ਟੂਰਨਾਮੈਂਟ ਕਹਿ ਦੋ ਵੀ ਹਰ ਸਾਲ ਹੀ ਹੁੰਦਾ ਉੱਥੇ ਹਾਂਜੀ ਹਾਂ ਸੁਪਰ ਇੰਡੀਆ ਇੰਡੀਆ ਹਰ ਸਾਲ ਹੁੰਦਾ ਜੀ ਹਾਂ ਗਾਹ ਚੱਲਣ ਗਾ ਹਾਂਜੀ ਵਾਹ ਹੁਣ ਕਰਨਗੇ ਸਟਾਰਟਿੰਗ ਦਿਵਾਲੀ ਤੋਂ 10 ਦਿਨ ਪਹਿਲਾਂ ਹਟ ਗਈ ਠੀਕ ਹੈ ਜਲ ਤੋਂ ਦਿਵਾਲੀ ਤੋਂ ਬਸ 10 ਦਿਨ ਪਹਿਲਾਂ ਹਟ ਜਾਣਗੇ ਪੁੱਤਰ ਬਾਜੀ ਉਹਦੇ ਬਾਅਦ ਰਿਜ਼ਲਟ ਆ ਜੀ ਬਸ ਸੋ ਦਿੱਲੀ ਦੇ ਵਿੱਚ ਵੀ ਬਾਈ ਹੁਣਾਂ ਨੇ ਜਿਵੇਂ ਦੱਸਿਆ ਵੀ 272 ਘੰਟੇ ਅੜਾ ਕੇ ਇਹਨਾਂ ਨੇ ਰਿਕਾਰਡ ਬਣਾਇਆ ਹੋਇਆ 2002-3 ਦੇ ਵਿੱਚ ਹਾਂ 242 ਘੰਟੇ ਉਹਨਾਂ ਦੇ ਮੀਆਂ ਦੇ ਆਪਣਾ 200 ਹਾਂ ਬੈਲ ਨਾਲ ਟੁੱਟਿਆ ਜੀ 12-13 ਸਾਲ ਕਿਸੇ ਤੋਂ ਮੀਆਂ ਦਾ 12 ਸਾਲ ਟੁੱਟਿਆ ਜੀ ਆਪਾਂ ਤੋੜਿਆ ਜੀ 12 ਸਾਲਾਂ ਬਾਅਦ ਤੁਸੀਂ ਉਹ ਹਾਂ ਆਪਾਂ ਤੋੜਿਆ ਜੀ ਤੇ ਇਹ ਵੀ ਕਹਿ ਲਓ ਬਹੁਤ ਵੱਡੀ ਗੱਲ ਆ ਜਿਹੜਾ ਹੁਣ ਤੱਕ 2002-3 ਤੋਂ ਲੈ ਕੇ ਮੈਨੂੰ ਲੱਗਦਾ 20 ਸਾਲ ਹੋ ਗਏ ਨਹੀਂ ਟੁੱਟਦੇ ਨਹੀਂ ਜੀ ਨਾ ਟੁੱਟੇ ਨਾ ਰਿਕਾਰਡ ਮੁਸ਼ਕਲ ਆ ਰਾਤ ਨੂੰ 2:30 ਪੁੱਤਰ ਫਿਰਦੇ ਦੋ ਸਾਡੇ 3 ਸ਼ੂਟ ਵਾਲੇ ਜਿਹੜੇ ਰਾਤ ਨੂੰ ਫਿਰਦੇ ਲੋਕ ਦੁਨੀਆ ਬਾਹਰੋਂ ਖੜਕੜ ਬਹਿੰਦੇ ਜੀ ਵਾਕਈ ਫਿਰਦੇ ਤੇ ਇੱਧਰ ਗੱਲ ਕਰੀਏ ਤਾਂ ਬਾਈ ਜੀ ਵੱਡੀਆਂ ਵਾਲੀਆਂ ਹਾਂਜੀ ਐਂਟਰੀਆਂ ਵਾਲੀਆਂ ਹਾਂਜੀ ਨਾਮ ਆਪਾਂ ਕੀ ਵੱਡਾ ਇਨਾਮ ਜਿੱਤਿਆ ਹੋਇਆ ਆਪਾਂ ਤਾਂ ਮੋਟਰਸਾਈਕਲ ਜਿੱਤਿਆ ਬਾਈ ਬਸ ਇਹ ਜੇ ਕੁੱਤਰ ਜੀ ਜਿੱਤਲੀ ਕੂਲਰ ਜਿੱਤੇ ਆ ਜੋ ਵਾਲੀਆਂ ਦੂਰ ਤਾਂ ਬਾਈ ਨੇ ਗਏ ਨੇ ਵੱਡੀਆਂ ਮੋਟਰਸਾਈਕਲ ਕਿੱਥੋਂ ਜਿੱਤੇ ਹਾਂ ਕਾਰ ਵੀ ਜਿੱਤੀ ਸੱਚ ਕੇ ਤੋਂ ਗਿੱਦੜਾਂ ਵਾਲੀ ਤੋਂ ਕਾਰ ਹਾਂਜੀ ਕਿਹੜੀ ਗੱਡੀ ਗਿੱਦੜਾਂ ਵਾਲੀ ਪਿੰਡ ਤੋਂ ਹਾਂ ਪਿਛਲੇ ਸਾਲ ਹਾਂਜੀ ਕਿਹੜੀ ਸੀ ਕਾਰ ਐਂਡਗਾ ਕੀ ਜੀ ਐਂਡਗਾ ਹਾਂ ਐਂਡਗਾ ਜੀ 105 ਛੁੱਟੇ ਜੀ ਦੂਸਰ ਦੀ ਬਾਜੀ ਦੂਸਰ ਪਹਿਲੇ ਦਿਨ ਬਾਈ ਹੁਣ ਦੱਸ 105 ਕਬੂਤਰ ਦੂਜੇ ਦਿਨ ਕਿੰਨੇ ਉੱਡੇ 5-6 ਜੀ ਇੰਨੇ 5-6 ਗਰਮੀ ਬਹੁਤ ਅਗਲੇ ਦਿਨ ਕਿੰਨੇ ਉੱਡੇ ਸੀ 5-6 ਉੱਡੇ 5 ਸੀ ਪੰਜਾਂ ਕਬੂਤਰਾਂ ਦੂਸਰਾ ਬਾਈ ਹਾਂਜੀ ਹਾਂਜੀ ਤੇ ਕਿੰਨੇ ਵਜੇ ਆਪਣਾ ਜਿੱਤੇ ਕਬੂਤਰ 11:30 ਖਤਮ ਹੋਈ ਬਾਈ ਤੇ ਆਪਾਂ ਰਾਤ ਨੂੰ ਡਿੱਗਾ 8:45 ਡਿੱਗਿਆ 11:30 ਵਜੇ ਕਦਾ ਰਹਿ ਗਿਆ ਹਾਂਜੀ ਉਦੋਂ ਬਾਅਦ ਰਾਤ ਨੂੰ ਡਿੱਗਿਆ 8:15 ਠੀਕ ਹੈ ਹਾਂ ਤੇ ਉਹ ਕਿਹੜੇ ਕਬੂਤਰਾਂ ਚੋਂ ਸੀ ਨਹੀਂ ਉਹ ਮੁੰਡੇ ਚੇਲੇ ਸੀ ਆਪਣੇ ਜੀ ਸੰਭਾਲ ਲਿਆ ਸੀ ਆਪਾਂ ਹਾਂਜੀ ਹਾਂਜੀ ਬੱਚਾ ਸੀ ਰਾਤ ਨੂੰ ਜਿਵੇਂ ਬੈਠੇ ਹਾਂ ਬਸ ਉਹ ਬਈ ਤੂੰ ਸੰਭਾਲਣਾ ਅੰਗਰੇਜ਼ ਸੀ ਮੁੰਡਾ ਕੋਟਰੇ ਵਾਲਾ
ਇਨਕਲਾਬ ਸੀ, ਅਸੀਂ ਜਾ ਠੁੱਕੇ। ਤੇ ਫਿਰ ਜਿਹੜਾ ਮੋਟਰਸਾਈਕਲ ਜਿੱਤੇ ਉਹ ਘਰੋਂ ਜਿੱਤੇ ਆਪਾਂ? ਨਹੀਂ ਹਾਂ ਘਰੋਂ ਹੀ ਕਰੋ। ਉਹ ਕਿਹੜਾ ਕੋਈ ਕਿੱਥੇ ਸੀ ਬਾਜੀ? ਮੈਂ ਤਾਂ ਯਾਦ ਨਹੀਂ, ਭੁੱਲ ਭੁੱਲ ਜਾਂਦੇ ਜੀ। ਕਦੋਂ ਜਿੱਤਿਆ ਸੀ ਮੋਟਰਸਾਈਕਲ ਕਿਹੜੇ ਸਾਲ? ਇੰਨਾ ਸਾਨੂੰ ਯਾਦ ਹੀ। ਅੱਛਾ, ਕਬੂਤਰਾਂ ਦੇ ਨਾਮ ਆ ਗੱਡਾ ਰੇੜੀ? ਹਾਂ, ਨਾਂ ਰੱਖਦੇ ਜੀ ਸ਼ੌਂਕ ਨਾਲ, ਸ਼ੌਂਕ ਨਾਲ। ਠੀਕ ਹੈ ਜੀ, ਗੱਡਾ ਕਬੂਤਰ ਦਾ ਨਾਂ, ਰੇੜੀ ਕਬੂਤਰੀ ਦਾ ਨਾਂ। ਹਾਂ, ਉਹ ਜੋੜਾ ਸੀ, ਉਹ ਜੋੜੀ ਲਾਇਆ ਬਸ, ਜੋੜੀ ਲਾ ਦੇ ਬਸ, ਸ਼ੌਂਕ ਨਾਲ ਲਾ ਦੇ ਸ਼ੌਂਕ। ਹੈਗੇ ਨੇ ਆਪਣੇ ਕੋਲੇ ਕਬੂਤਰ? ਓਦਾਂ ਜੀ ਬਲੇਡ ਪਈ ਆ ਥੋੜੀ ਮੋਟੀ, ਬਾਹਲੀ ਹੈ ਨੀ, ਬਸ ਖਤਮ ਹੋ ਗਈ, ਟਾਈਮ ਬਹੁਤ ਹੋ ਗਿਆ ਜੀ। ਕਦੋਂ ਕਦੀ ਗੱਲ ਹੈ? ਇਹ ਤਾਂ ਬਹੁਤ ਹੋ ਗਏ, ਘੱਟੋ 22-30 ਸਾਲ ਹੋ ਗਏ। ਉਹ ਤਾਂ ਮਾੜਾ ਮੋਟਾ ਕੋਈ ਮੈਕਸ ਮੁਕਸ ਪਿਆ ਹੋਣਾ, ਕੋਈ ਇੱਕ ਅੱਧਾ ਜਾਂ ਦੋ ਹੋਣੇ, ਤਿੰਨ ਵੱਤ ਹੋਏ ਹੈ। ਤਾਂ ਤੁਰੇ ਤਾਂ ਉਹੀ ਹੁੰਦੇ ਖਾਨਦਾਨ, ਜਾ ਗਾਂ ਕੇ ਬਦਲ ਵੀ ਲੈਂਦੇ। ਹੋਰ ਬਾਈ ਜੀ, ਤੁਹਾਡਾ ਕਿਹੜੇ ਕਬੂਤਰਾਂ ਨੇ ਰਿਕਾਰਡ ਪੈਦਾ ਕੀਤੇ ਹੋਏ ਆ? ਜਿਵੇਂ ਹੁਣ ਗੁੱਡੀ ਵਾਲਾ ਤੁਸੀਂ ਸਾਂਭਿਆ ਜੀ, ਤੁਹਾਡੇ ਘਰੋਂ ਕਿਹੜੇ ਕਬੂਤਰ ਨੇ ਵਧੀਆ ਰਿਕਾਰਡ ਕਰਿਆ? ਇੰਨੇ ਗਡੇਰੇ ਨੇ ਕੀਤੇ ਸਾਡੇ ਕੋਲ, ਇਹ ਉੱਡਦੇ ਸਾਡੇ ਨਾਲ ਕੀਤਾ। ਕਿੰਨੀਆਂ ਬਾਜੀਆਂ ਛੱਡੇ ਆ? ਗੱਡਾ 7-8 ਛੱਡਤਾ ਜੀ, 8 ਦੀ ਹਰਿਆ, 8 ਵਾਜੀਆਂ ਛੱਡੇ, 8ਵੀਂ ਹਰਿਆ, ਹਾਂ 7 ਜਿੱਤੇ ਆ। ਹਾਂ, ਰੇੜੀ ਐ ਸੀ, ਉਹ ਵੀ ਜਿੱਤੀ 6-7। ਉਹ ਮੁੰਡਾ ਆਉਣਾ ਉਹਦੇ ਅੱਡੇ ਲੱਗ ਗਈ ਸੀ, ਪਹਿਲੀ ਵਾਜੀ ਹਰ ਗਈ ਸੀ, ਜਾਂਟਰੇ ਛੱਡੀ ਸੀ ਮੁੰਡਿਆਂ ਵਾਲੀ ਪੂਛ ਦੇ ਪਿੰਡ, ਉੱਥੇ ਹਰ ਗਈ ਸੀ। ਉਹ ਅਸੀਂ ਸੌਦਾ ਕਰ ਲਿਆ ਸੀ ਬਟਾਲੇ, ਉਹ ਇੱਥੋਂ ਡਾਈ ਮੁੰਡਾ ਆਉਣਾ, ਭਤੀਜਾ ਬੈਠੇ ਮੇਰਾ, ਉਹਦੇ ਉੱਥੇ ਲੱਗ ਗਈ ਸੀ, ਇਹ ਛੱਡਤੀ ਬਹੁਤ। ਤੇ ਕਬੂਤਰਾਂ ਦੀ ਗੱਲ ਕਰੀਏ ਬਾਈ, ਜਿਵੇਂ ਹੁਣ ਕਹਿੰਦੇ ਵੀ ਆਪਣੇ ਫਲਾਨੇ ਕਬੂਤਰ ਨੇ ਬਿੱਥ ਪਾ ਕੇ ਇੰਨਾ ਟਾਈਮ ਬਿੱਥ ਪਾਈ, ਬਾਜੀ ਜਿੱਤੀ, ਆਪਣੇ ਕਬੂਤਰ ਨੇ ਕੋਈ ਲੀਡ ਲਈ ਹੋਵੇ? ਕਈ ਲਈ ਜਾਂਦੇ, ਮੈਂ ਤਾਂ ਨਹੀਂ ਖਿਆਲ ਹੀ ਨਹੀਂ ਕੀਤਾ ਕਦੇ, ਮੈਂ ਤਾਂ ਪਹਿਲਾਂ 5-7 ਮੈਂ ਵੰਡ ਲਓ ਬਸ, ਫਿਰਦੇ ਰਹਿੰਦੇ ਐਂ, ਕਬੂਤਰ ਉੱਡੀ ਜਾਂਦੇ। ਹੁਣ ਸਾਹਿਬ ਚੰਦ ਲੀਡ ਪਾਈ ਸਾਡੇ, ਅਸੀਂ ਆਉਣੇ ਦਾ ਭਤੀਜਾ ਕਬੂਤਰ ਮੁੜਿਆ ਉੱਥੇ, ਉਹ ਵੀ ਬਹੁਤ ਉੱਡਿਆ ਸਾਡਾ, ਉਹਨੇ ਲੀਡ ਮਾਰੀ, ਟਮਾਣਾ ਸੀ ਇਹਨਾਂ ਸਾਂਝੀ ਵੀ ਸਾਡੀ ਬਾਜੀ ਟਮਾਣੇ ਨਾਲ। ਹੋਰ ਬੰਦੇ ਆਪਾਂ ਇੰਨਾ ਖਿਆਲ ਨਹੀਂ ਕੀਤਾ ਜੀ। ਤੇ ਹੁਣ ਬਾਜੀਆਂ ਚੱਲਦੀਆਂ ਨੇ, ਟੂਰਨਾਮੈਂਟ ਚੱਲਦੇ ਆ, ਚੱਲਦਿਆਂ ਦੇ ਵਿੱਚ ਕਈ ਵਾਰੀ ਹੋ ਜਾਂਦਾ ਵੀ ਆਪਾਂ ਦੀਆਂ ਚ ਵੰਡਣੀ ਨਹੀਂ ਹੁੰਦੀ, ਕਦੇ ਐਂ ਮੈਚ ਫਸੇ ਹੋਣ? ਨਹੀਂ, ਮੈਂ ਕੀਤੇ ਨਹੀਂ ਕਦੇ, ਮੈਂ ਸੋਚਿਆ ਨਹੀਂ ਵੰਡਣੀ ਨਹੀਂ ਵੰਡਣੀ, ਚਾਹੇ ਮੈਂ ਤਗੜਾ ਚਾਹੇ ਮਾੜਾ, ਮੈਂ ਸੋਚਿਆ ਨਹੀਂ ਕਦੇ, ਜੇ ਮਾੜਾ ਹੁੰਦਾ ਤਾਂ ਨੇੜੇ ਨਹੀਂ ਹੁੰਦਾ ਅਗਲਾ, ਜਦੋਂ ਤਗੜਾ ਸਾਰੇ ਆ ਜਾਂਦੇ। ਸੁਨੀਲ ਗੁਰਭਾਈ ਆ, ਬਹੁਤ ਚੰਗੀ ਜੀ ਇਹਦੀ, ਇਹ ਬਾਈ ਨੇ ਕਹਿਤਾ ਸੁਨੀਲ ਨਹੀਂ ਵੰਡਣੀ ਆ, ਜੰਟਾ ਮਿੰਟਾ ਕਈ ਬੰਦੇ ਸੀ, ਤੇ ਬਾਈ ਕਹਿੰਦਾ ਵੰਡ ਲਓ, ਨਾਲੇ ਬਹੁਤ ਚੰਗੀ ਫਿਰ ਜੀ ਕਹਿੰਦਾ ਵੰਡ ਲਓ, ਬਾਈ ਨੇ ਕਿਹਦੇ ਨਹੀਂ ਆ ਕਿਸੇ ਦਾ ਵੀ ਹੱਥ ਮੋੜੀ ਨਹੀਂ ਜ਼ਬਾਨ, ਜਿਹੜੇ ਬੰਦੇ ਨੇ ਕਹਿਤਾ ਬਈ ਐਂ ਕਰਨਾ, ਬਾਈ ਉਹਨੂੰ ਕਹਿ ਦਿੰਦਾ ਬਾਈ ਕਰਨਾ, ਕੋਈ ਗੱਲ ਨਹੀਂ। ਤੇ ਬਾਈ ਉਹ ਫੋਟੋ ਤੁਹਾਡੀ ਕਹਿੰਦਾ? ਹਾਂਜੀ, ਤੁਸੀਂ ਬਾਈ ਹੁਣਾਂ ਨਾਲ ਆਪਣੇ ਕੋਲ ਜੁੜੇ ਸੀ? ਉਹ ਲਿਖੇ ਉੱਥੇ 2005 2004 ਕਿਵੇਂ ਮੇਲ ਮਿਲਾਪ ਹੋਇਆ? ਜਵਾਕਾਂ ਵਾਂਗੂ ਮੋਹ ਕਰਨਾ, ਉਦ ਮੁੜ ਕੇ ਫਿਰ ਇਹਨਾਂ ਨੂੰ ਉਸਤਾਦ
11 ਰੁਪਏ ਚ ਉਸਤਾਦ ਮਿਲਦਾ 11 ਰੁਪਏ ਕੁੱਲ 11 ਕੁੱਲ 11 ਰੁਪਏ ਚ ਬਾਈ ਜਿੱਥੇ ਰਹਿੰਦੇ ਨੇ ਸ਼ਹਿਰ ਚ ਉੱਥੇ ਜਾ ਕੇ 11 ਰੁਪਏ ਚ ਉਸਤਾਦ ਬਾਈ ਨੇ ਸਾਰਾ ਪੁੱਤਰ ਪੁੱਤਰ ਵੀ ਦਿੱਤੇ ਗੇੜ ਪਾਣੀ ਬਾਈ ਕੋਲ ਇੱਥੇ ਵੀ ਵੀ ਬਾਈ ਆਉਣਾ ਬਾਈ ਦੇ ਸਾਰੇ ਜਾਨਵਰ ਬੈਠੇ ਆ ਕੋਈ ਜਵਾਬ ਮੁੰਡਾ ਚੰਦ ਪਹੁੰਚ ਮੇਰੇ ਪਿੰਡ ਦੇ ਨਾਲ ਹੱਲ ਉਹਦੇ ਕੋਲ ਆਇਆ ਬੋਗਾ ਕਰ ਇਹਨਾਂ ਕੋਲ ਇਹ ਇਕੱਠੇ ਉਦੋਂ ਰਹਿੰਦੇ ਹੋ ਤੇ ਬਾਈ ਦੇ ਜਾਨਵਰ ਮੇਰੇ ਕੋਲ ਬਹੁਤ ਜ਼ਿਆਦਾ ਭੁੱਲ ਗਏ ਨੇ ਆਪਣੇ ਵੱਡੀ ਉਮਰ ਨੂੰ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਜਵਾਨ ਵਾਲੀ ਹਾਂ ਜਵਾਨ ਕਹਿੰਦਾ ਵੀ ਆਪਾਂ ਜਵਾਨ ਤੇ ਖੜੇ ਬਸ ਸਹੀ ਹੈ ਤੇ ਬਾਈ ਜੀ ਗੱਲ ਕਰੀਏ ਤਾਂ ਹੁਣ ਜਿਵੇਂ ਦੂਸਰਾਂ ਵਾਲੇ ਬੱਚੇ ਹੁਣ ਤੁਸੀਂ ਕਢਾਏ ਹੋਏ ਨਹੀਂ ਦੂਸਰੇ ਹੀ ਬਣ ਗਏ ਦੂਸਰਾਂ ਵਾਲੇ ਬੱਚੇ ਕਹਿਰ ਵਾਲੇ ਦੂਸਰਾ ਬਣ ਗਏ ਕਹਿਰ ਵਾਲੇ ਦੂਸਰਾ ਚੁੱਟ ਜਾਂਦੇ ਹਾਂ ਜੀ ਦਿਨ ਲਾਊਗਾ ਅਗਲਾ ਉੱਤੂਗਾ ਕਹਿਰ ਵਾਲੇ ਤੁਰਦੇ ਨਹੀਂ ਫਿਰ ਅੱਗੇ ਦੂਸਰਾ ਚ ਨਹੀਂ ਘੱਟ ਤੁਰਦੇ ਜੀ ਜਿਹੜਾ ਬਾਈ ਇੱਕ ਦੋ ਛੁੱਟ ਜਾਂਦਾ ਨਹੀਂ ਤੁਰਦੇ ਜੀ ਜਿਵੇਂ ਹੁਣ ਆਪਾਂ ਦੂਸਰ ਵਾਲੇ ਹੁੰਦੇ ਆ ਕਬੂਤਰ ਉਹਨਾਂ ਦੀ ਸ਼ੁਰੂ ਤੋਂ ਬੱਚੇ ਹੁੰਦੇ ਆ ਤਾਂ ਆਪਾਂ ਉਹਨਾਂ ਦੀ ਤਿਆਰੀ ਕਰਾਉਂਦੇ ਆ ਇੰਨੇ ਕੁ ਵਜੇ ਤੂੰ ਛੱਤ ਉੱਤੇ ਬੈਠਣਾ ਹਾਂ ਉਹ ਕਰਨਾ ਪੈਂਦਾ ਸਿਟਿੰਗ ਤਾਂ ਉਹਨਾਂ ਬਣਾਉਣੀ ਪੈਂਦੀ ਹੈ ਕਹਿਰ ਵਾਲੇ ਕਿਵੇਂ ਐਡਜਸਟਮੈਂਟ ਕਰਦੇ ਆ ਕਹਿਰ ਵਾਲੇ ਅੱਡ ਹੁੰਦੇ ਦੇਖੋ ਉਹਦਾ ਖੂਨ ਅੱਡ ਹੁੰਦਾ ਜੱਗ ਵੱਡਾ ਜਿਹਨੇ ਉੱਡਣਾ ਉਹ ਅੱਡ ਹੁੰਦੇ ਆ ਦੂਸਰਾਂ ਨੇ ਥੋੜ੍ਹੇ ਆਪਾਂ ਨੂੰ ਪਤਾ ਯਾਰ ਸਾਡੇ ਪੁੱਤਰ ਦੂਸਰ ਉੱਡਦੇ ਆ ਵੀ ਅੱਜ ਦਿਨ ਲਾ ਗਏ ਛੀ ਵਜਾ ਗਏ ਮੱਲਾ ਵੀ ਕੱਲ੍ਹ ਨੂੰ ਜ਼ਿਆਦਾ ਉੱਡਣ ਜਿਹਨੇ ਕਹਿਰ 'ਚ ਉੱਡਣਾ ਉਹ ਜ਼ਿਆਦਾ ਉੱਡਦਾ ਉਹ ਦੂਸਰ ਨਹੀਂ ਉੱਡਦਾ ਛੇਤੀ ਫਿਰ ਸਾਡੇ ਉਸ ਉਹ ਬਣਾਏ ਹੁੰਦੇ ਵੀ ਆਹ ਜੋੜੇ ਦੇ ਆਪਾਂ ਮੀਂਹ ਪੈ ਗਿਆ ਉਦੋਂ ਛੱਡਣਾ ਕਈ ਕਬੂਤਰ ਹੁੰਦੇ ਮੀਂਹ ਜ਼ਿਆਦਾ ਉੱਡਦੇ ਆ ਮੀਂਹ ਪੈ ਗਿਆ ਜਦੋਂ ਮੱਲਾ ਵੀ ਬਾਹਲੇ ਉੱਡਦੇ ਆ ਕਈ ਕਬੂਤਰ ਨਹੀਂ ਉੱਡਦੇ ਕਈ ਗਰਮੀ ਭਾਲਦੇ ਵਾਲੀ ਤੇ ਘਰੇ ਬਾਈ ਜੀ ਕਬੂਤਰ ਨੂੰ ਜ਼ਿਆਦਾ ਉੱਡਣਾ ਚਾਹੀਦਾ ਡਾਈਆਂ ਗੇੜੇ ਜਾਂ ਘੱਟ ਘੱਟ ਉਡਾਉਣਾ ਚਾਹੀਦਾ ਦੇਖੋ ਜੇ ਤਾਂ ਆਪਦਾ ਖੂਨ ਚੰਗਾ 12 ਇੱਕ ਵਿੱਚ ਕਰੋੜ ਜੇ ਵਧੀਆ ਜੇ ਉਹ ਜ਼ਿਆਦਾ 2-2.5 ਬਹੁਤ 2-2.5 ਉੱਡ ਜੇ ਬਹੁਤ ਵਧੀਆ ਘਰੇ ਜੜਾਈ ਜਿਹੜੀ ਬਹੁਤ ਵੱਧ ਬਹੁਤ ਕਿਉਂ ਵਿੱਚ ਹੁੰਦੇ ਨੇ ਡਾਈਆਂ ਉਡਾਓ ਘੱਟੋ ਘੱਟ ਵੀ 7-8 ਪਾਣੀ ਹੋਣੇ ਚਾਹੀਦੇ ਕਬੂਤਰ ਨੂੰ ਘਰੇ ਕਬੂਤਰ ਨੂੰ 7-8 ਹਾਂ ਫਿਰ 7-8 ਰਾਈਆਂ ਕਰਾਓ ਓਦੋ ਬਾਅਦ ਹੌਲੀ ਪਾਣੀ ਦੇ ਕਰੋ ਫਿਰ ਸੈਟਿੰਗ ਬੰਦੀ ਜਾਣੀ 2 ਮਹੀਨੇ ਲੱਗ ਜਾਂਦੇ ਕਹਿੰਦਾ ਫਿਰ ਬੰਦਾ ਜਾਣ ਜਿਵੇਂ ਬਾਈ ਹੁਣ ਆਪਾਂ ਕਬੂਤਰ ਕੱਢ ਲੈਂਦੇ ਆ ਕਹਿ ਦਿੰਦੇ ਆ ਵੀ ਆਪਾਂ ਖੁੱਲੇ ਨੀ ਹੈਗੇ ਖੁੱਲ ਕੇ ਉਡਾਨ ਨੀ ਕਰਦੇ ਉਡਾਨ ਘੱਟ ਕਰਦੇ ਆ
ਉਹ ਉਡਾਨ ਵਧਾਉਣ ਦਾ ਕੋਈ ਤਰੀਕਾ ਹੁੰਦਾ? ਉਹ ਤਾਂ ਫਿਰ ਗੁੜ ਚ ਦਵਾਈਆਂ ਪੈਂਦੀਆਂ, ਗੁੜ ਕਰਦਾ ਕੰਮ, ਜੇ ਦਵਾਈਆਂ ਪੈਂਦੀਆਂ ਗੁੜ ਚ ਉਹਨਾਂ ਕੰਮ। ਦੇਸੀ ਪੈਂਦੀਆਂ ਦਵਾਈ? ਹਾਂ ਦੇਸੀ, ਦੇਸੀ ਉਹ ਪਾਓਗੇ ਤੁਸੀਂ, ਦਿਓਗੇ ਆਮਦਨ ਦੇ ਤੂੰ ਗੁੜ ਦੇ ਤਾਂ ਮੰਨ ਲਾ, ਦਵਾਈ ਵਾਲਾ ਦੇ ਕੇ ਪਾਣੀ ਪੀਤਾ ਹੋਣੇ ਤੋਂ ਬਾਅਦ ਛੱਡੋ ਬਸ, ਹੌਲੀ ਛੱਡੋ ਗੱਡੂ। ਆਪਾਂ ਉਹ ਸਾਂਝੀਆਂ ਕਰ ਸਕਦੇ ਹਾਂ? ਉਹ ਕਰਨਾ ਆਪਾਂ ਤੋਂ ਕੋਈ ਤਰਾਜ ਨਹੀਂ। ਕੀ ਪੈਂਦਾ ਗੁੜ ਤੇ ਜਿਹੜਾ ਗੁੜ ਬਣਦਾ, ਕਿਹੜੀਆਂ ਦਵਾਈਆਂ? ਗੁੜ ਜੀ ਭਸਮਾਂ ਪੈਂਦੀਆਂ ਸਰ। ਕਿਹੜੀਆਂ ਕਿਹੜੀਆਂ? ਸੋਨਾ ਭਸਮਾਂ, ਲੋਹਾ ਭਸਮਾਂ, ਚਾਂਦੀ ਭਸਮਾਂ, ਇਹ ਸਾਰੀਆਂ ਪੈਂਦੀਆਂ। ਠੀਕ ਹੈ, ਬਣਾ ਲਓ। ਪਰ ਮਾਤਰਾ ਨੀ ਕਿਸੇ ਪਤਾ ਪੈਣੀਆਂ, ਮਾਤਰਾ ਜਾ ਚੀਜ਼ ਹਰੇਕ ਕੋਲ ਉਹੀ ਹੈ ਪਰ ਨਹੀਂ ਪੈਂਦੀ, ਤਰੀਕਾ ਨੀ ਪਤਾ ਉਹਦਾ, ਨਹੀਂ ਪਤਾ ਤਰੀਕਾ ਨੀ। ਸਾਰਾ ਪਾਉਂਦਾ ਅਗਲਾ ਪਰ ਮਾਤਰਾ ਨੀ ਪਤਾ। ਮਾਤਰਾ ਜੇ ਮਾਤਰਾ ਦਾ ਪਤਾ ਫੇਰ ਹੀ ਪੁੱਛਦਾ। ਮੰਨ ਲਾ ਹੁਣ ਸੋਹਣਾ ਭਾਸ਼ਣ ਮੈਂ ਚਾਂਦੀ ਭਾਸ਼ਣ ਲਿਆਂਦੀ, ਡੱਬੀ ਦੇ ਦਿੰਦਾ ਕਿੰਨੇ ਦੀ, 3300 ਦੀ, 2800 ਦੀ, ਪਾਲਾ ਉਹ ਸਾਰੀ ਪਾ ਦੂਗਾ। ਉਹਨੂੰ ਇਹ ਨੀ ਪਤਾ ਵੀ ਕਿੰਨੀ ਮਾਤਰਾ ਬਣ ਪੈਣੀ। ਇੱਕ ਰਤੀਆ ਸੋਹਣੀ ਭਾਸ਼ਣ ਚ 3300 ਹੁੰਦੀ ਇੱਕ ਰਤੀ। ਠੀਕ ਹੈ, ਅਗਲਾ ਇਹ ਨੀ ਪਤਾ ਹੁੰਦਾ ਮੈਂ ਇੱਕ ਰਤੀਆ ਪਾਉਣੀ ਅੱਧੀ ਰਤੀਆ ਪਾਉਣੀ, ਕਿੰਨੇ ਗੁੜ ਚ ਪੈਣੀ। ਹਾਂ ਇਹ ਤੇ ਇਹ ਤੁਸੀਂ ਆਪਦਾ ਜਿਹਨਾਂ ਨੇ ਉਸਤਾਦ ਬਣਾਏ ਹੋਏ ਉਹਨਾਂ ਨੂੰ ਵੀ ਪੁੱਛ ਸਕਦੇ ਹੋ, ਜਾਂ ਕੋਈ ਹੋਰ ਦੋਸਤ ਮਿੱਤਰ ਉਹਨਾਂ ਨਾਲ ਸਾਂਝਾ ਕਰਕੇ ਗੱਲਾਂ ਬਾਤਾਂ ਗੁੜ ਕਿਵੇਂ ਬਣਨਾ। ਹਾਂਜੀ ਉਹ ਤੁਸੀਂ ਪੁੱਛ ਸਕਦੇ ਹੋ, ਕਿਉਂਕਿ ਜੋ ਬਾਈ ਬਣਾਉਣ ਲਈ ਖੇਡ ਆ ਹਰ ਗੱਲ ਕੈਮਰੇ ਅੱਗੇ ਨਹੀਂ ਦੱਸੀ ਜਾ ਸਕਦੀ, ਕੁਛ ਪੜਦੇ ਵਾਲੀਆਂ ਗੱਲਾਂ ਹੁੰਦੀਆਂ ਨੇ। ਹੁਣ ਜਿਵੇਂ ਵਿੱਚ ਬਹੁਤ ਭਰਾ ਕਹਿ ਦਿੰਦੇ ਆ ਵੀ ਖੇਡ ਪਾਣੀ ਬਾਰੇ ਨਹੀਂ ਪੁੱਛਦੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕੈਮਰੇ ਅੱਗੇ ਨਹੀਂ ਸਾਂਝੀਆਂ ਕੀਤੀਆਂ ਜਾ ਸਕਦੀਆਂ, ਕਿਉਂਕਿ ਜੇ ਕੈਮਰੇ ਅੱਗੇ ਹੀ ਦੱਸਤਾ ਫਿਰ ਜਿਹੜੇ ਹੁਣ ਬੰਦੇ ਲੱਖ ਲੱਖ ਦੋ ਦੋ ਲੱਖ ਰੁਪਇਆ ਲੈਂਦੇ ਆ, ਠੀਕ ਆ, ਉਹਨਾਂ ਦਾ ਵੀ ਕਹਿ ਲਓ ਰੁਜ਼ਗਾਰ ਖਤਮ ਹੁੰਦਾ ਜਦੋਂ ਸਾਰਾ ਕੁਝ ਦੱਸ ਹੀ ਦਿੱਤਾ, ਤੇ ਬਾਕੀ ਜਿਹਨੇ ਮਿਹਨਤ ਕੀਤੀ ਹੁੰਦੀ ਆ ਉਹ ਵੀ ਐਂ ਸ਼ਰੇਆਮ ਨਹੀਂ ਦੱਸ ਸਕਦਾ, ਕਿਉਂਕਿ ਉਹਨੇ ਵੀ ਆਪਣੇ ਹੱਡ ਘਸਾਏ ਹੁੰਦੇ ਆ, ਉਹ ਚੀਜ਼ਾਂ ਸ਼ਰੇਆਮ ਨਹੀਂ ਦੱਸੀਆਂ ਜਾ ਸਕਦੀਆਂ। ਪਹਿਲਾਂ ਬੰਦੇ ਨਾਲ ਜੁੜੋ, ਕਬੂਤਰ ਖਾਓ ਪਹਿਲਾਂ। ਹਾਂਜੀ ਠੀਕ ਹੈ, ਪਹਿਲਾਂ ਜੁੜੋ ਫੇਰ ਕਰਕੇ ਉਹਨੂੰ ਪਰਖੋ। ਉਹਨਾਂ ਮੁੰਡਾ ਚੰਨੋ ਮੇਰਾ ਚੇਲਾ, ਠੀਕ ਹੈ ਜੀ, ਸਾਰੀਆਂ ਦੋਸਤਾਂ ਰਾਤ ਮੈਂ ਸੌ ਜਾਣਾ ਮਸਤ ਹੋ ਕੇ, ਇਹ ਮੋੜਦਾ ਉਦੋਂ ਅੰਗਰੇਜ਼ ਕੋਟੀ ਦਾ ਮੁੰਡਾ, ਇਹ ਨਾ ਨੰਗਲਾ ਮੁੰਡਾ, ਠੀਕ ਹੈ, ਇਹ ਆਦਾ ਸਿੱਟ ਉਹਨਾਂ ਦਾ, ਉਧਰ ਕਾਕੂ ਬੋਗਾ ਹੈਗਾ ਅਲਮਾਲੇ ਦਾ, ਮੇਰਾ ਬੇਟਾ ਵੀ ਹੁੰਦਾ, ਆ ਬੱਚੀ ਹੁੰਦਾ ਮੇਰੇ ਦੋਸਤੋਂ ਨਾਲ ਪਈ ਹੈ, ਸਾਰਾ ਸਪਰਕ ਹੁੰਦਾ ਸਾਡਾ। ਇੱਕ ਦਿਨ ਫੋਨ ਕਰਦੇ ਬਈ ਤੂੰ ਆਇਆ ਬਾਈ, ਫਿਰ ਮੈਨੂੰ ਪੁੱਛਦੇ ਬਾਈ ਕਿਵੇਂ, ਮੈਂ ਖਾਇਆ, ਫਿਰ ਜਾ ਕੇ ਮਤਲਬ ਸਾਰਾ ਰਹਿ ਕਰਕੇ ਫਿਰ ਬਾਈ ਦੀਦੀ ਐਂ ਇਕੱਲੇ ਮੈਂ ਬਾਈ ਨਹੀਂ ਦਿੱਤੀ, ਜੇ ਆਪਾਂ ਇਕੱਲਾ ਕਰੀਏ ਨਾ ਨਹੀਂ, ਸਾਰੇ ਰਹਿ ਹੁੰਦੀ ਹੈ ਰਹਿ ਕਰਕੇ ਫਿਰ ਜਾਂਦੇ। ਹੁਣ ਮੁੰਡਾ ਆਉਣਾ ਸੀ ਮੇਰਾ, ਉਹ ਵੱਡਾ ਭਤੀਜਾ ਖਿੱਡੇ ਕੱਢ ਤੇ ਬਹੁਤ ਉੱਡੇ ਸਾਡੇ ਕਬੂਤਰ, ਤਿਸਰ ਤੇ ਸਾਡਾ ਪੁੱਤਰ ਕਹਿੰਦੇ ਵੀ ਬਾਜੀ ਤਿਸ ਚੌਸ ਜਿਹੜਾ ਨਹੀਂ ਮੰਨੇ, ਬਹੁਤ ਚੰਗਾ ਟੱਕ ਨਹੀਂ ਮੰਨੇ, ਕਬੂਤਰ ਜਣੀ ਫੁੱਟਦਾ ਹੀ ਦੇਖ ਲਿਆ ਉਹਨਾਂ ਨੇ।